नेक्स्ट है, व्हाट आर द इफेक्ट्स ऑफ सॉयल पोल्यूशन। ठीक है, हुन इंदे इफेक्ट की है सॉयल पोल्यूशन दे, ठीक है, की प्रभाव पैंदे है। सीवेज है चाहे इंडस्ट्रियल जड़े एफ्लुएंट्स हुंदे है, मतलब केमिकल्स जड़े बार सुट देंदे है, ठीक है, वेस्ट दी फॉर्म दे विच जड़ी इंडस्ट्री सुट देंदी है, उदे नाल के अपनी सॉयल पोल्यूट हो जाती है। ते बाच की है उथो की है ये जो केमिकल्स है हेल्थ नु भी इफेक्ट करते हैं। देखो कई तरह के केमिकल्स है, एसिड्स, अल्कलीज जिन्हां नु बेस भी कहा जाता है, पेस्टिसाइड्स हो गए, इनसेक्टिसाइड्स, वीडीसाइड्स वो होंगे है ना, जड़े एक्सट्रा ग्रास वगैरह होंगे उन्हें खत्म करने लिए की है वीडीसाइड्स होंगे, फंजाइसाइड्स, हैवी मेटल्स हो गई, ये सारे की अपनी सॉयल की फर्टिलिटी नु इफेक्ट करते हैं। ठीक है, सॉइल फर्टिलिटी मतलब कि जड़ी अपनी मिट्टी दी उपजाऊ शक्ति है उन्हों की खत्म कर देंदे है। ठीक है, उन्हें चीजां ते इन्हां दा इफेक्ट पैंदा है। देखो कुछ ऐदां दे टॉक्सिक केमिकल्स होंदे है जिदे नाल कि अपने जो प्लांट्स है एनिमल्स उन्हां ते इफेक्ट पैंदा है ना, अपनी सॉइल ते पैंदा है, सॉइल दे नाल ही प्लांट्स कनेक्टेड होंदे है, तां अपनी सॉइल जिहड़ी फर्टिलिटी है प्रोडक्टिविटी उह खत्म हो जांदी है। कुछ केमिकल्स ऐदां अपनी फूड चेन च एंटर कर जांदे है। हुण देखो सॉइल है, ठीक है, सॉइल दे विच आपां कोई प्लांट लगाता है इत्थे, ठीक है, उह प्लांट्स तों ही आपां नूं फ्रूट वगैरा मिलदे है, मतलब आपां जो भी है वीट वगैरा मिलदी है उह उन्हां ਚ ਐਂਟਰ ਕਰ ਗਏ ਜੋ ਕੈਮੀਕਲ ਸੀਗੇ। ਵੀਟ ਨੂੰ ਆਪਾਂ ਖਾ ਰਹੇ ਹਾਂ, ਠੀਕ ਹੈ, ਵੀਟ ਨੂੰ ਜਾਂ ਕੋਈ ਹੈ ਨਹੀਂ ਆ ਕੁਛ ਹੋਰ ਖਾ ਰਿਹਾ ਹੈ ਨਾ, ਤਾਂ ਫਿਰ ਉਹਦੇ ਇੰਨਾ ਫੂਡ ਚੇਨ ਚ ਚੱਲਦੇ ਰਹਿੰਦੇ ਆ ਜੋ ਕਿ ਇਦਾਂ ਹਰ ਲੈਵਲ ਤੇ ਇਹ ਡਬਲ ਹੋ ਜਾਂਦੇ ਆ। ਠੀਕ ਹੈ, ਇਦਾਂ ਹੀ ਆਪਣੇ ਹੈਲਥ ਦੇ ਲਈ ਕੀ ਹੈ ਮਤਲਬ ਕਿ ਇਹ ਬਹੁਤ ਹੀ ਜ਼ਿਆਦਾ ਨੁਕਸਾਨ ਦੇ ਹੈ। ਦੇਖੋ ਨੈਕਸਟ ਹੈ ਸੀਵੇਜ ਸਲੱਜ ਹੈ ਨਾ, ਜਿਹੜਾ ਸੀਵੇਜ ਵੇਸਟੇਜ ਹੁੰਦਾ ਉਹਦੇ ਨਾਲ ਇੱਕ ਤਾਂ ਬੈਕਟੀਰੀਆ ਵਗੈਰਾ ਫੈਲਦਾ, ਵਾਇਰਸ ਫੈਲਦਾ, ਇੰਟੇਸਟਾਈਨਲ ਵਰਮਸ ਕ੍ਰੀਏਟ ਹੋ ਜਾਂਦੇ ਹੈ। ਦੇਖੋ ਕਈ ਤਰ੍ਹਾਂ ਦੀਆਂ ਜੜੀਆਂ ਆਪਣੀਆਂ ਕੀ ਹੈ ਡਿਜ਼ੀਜ਼ ਇਹਦੇ ਤੋਂ ਫੈਲਦੀਆਂ। ਠੀਕ ਹੈ, ਤਾਂ ਇਹ ਕੀ ਹੈ ਅੱਗੇ ਆਪਣੇ ਕੀ ਹੈ ਡੀਕੰਪੋਜ਼ਿੰਗ ਔਰਗੈਨਿਕ ਮੈਟਰ ਪ੍ਰੋਡਿਊਸ ਟੌਕਸਿਕ ਵੈਪਰਸ। ਮੰਨ ਲਓ ਜੇ ਇਸ ਆਪਾਂ ਔਰਗੈਨਿਕ ਮੈਟਰ ਨੂੰ ਵੀ ਡੀਕੰਪੋਜ਼ ਕਰਦੇ ਹਾਂ ਹੈ ਨਾ ਸੋਇਲ ਦੇ ਵਿੱਚ, ਉਹਦੇ ਤੋਂ ਕੀ ਕੁਛ ਵੈਪਰਸ ਜਿਹੜੇ ਜ਼ਹਿਰੀਲੇ ਆ ਉਹ ਪ੍ਰੋਡਿਊਸ ਹੋ ਜਾਂਦੇ ਆ, ਉਹ ਆਪਾਂ ਨੂੰ ਇਫੈਕਟ ਕਰਦੇ ਆ। ਨੈਕਸਟ ਰੇਡੀਓ ਐਕਟਿਵ ਫਾਲ ਆਊਟ ਹੈ ਨਾ, ਰੇਡੀਓ ਐਕਟਿਵ ਦੇਖੋ ਐਲੀਮੈਂਟਸ ਦਾ ਕੀ ਇਫੈਕਟ ਹੈ, ਜਦੋਂ ਇਹ ਆਪਣੀ ਫੂਡ ਚੇਨ ਚ ਐਂਟਰ ਕਰ ਜਾਂਦੇ ਆ, ਠੀਕ ਹੈ, ਤਾਂ ਕੈਲਸ਼ੀਅਮ ਦੀ ਜਗ੍ਹਾ ਜਿਵੇਂ ਆਪਣੀ ਬੋਨਸ ਦੇ ਵਿੱਚ ਸਟਰੋਂਟੀਅਮ 90 ਬਣਨ ਲੱਗ ਜਾਂਦਾ ਹੈ। ਇਹ ਵੀ ਕੀ ਹੈ ਇੱਕ ਰੇਡੀਓ ਐਕਟਿਵ ਐਲੀਮੈਂਟ ਹੈ। ਠੀਕ ਹੈ, ਇਹ ਕੀ ਹੈ ਰੇਡੀਓ ਐਕਟਿਵ ਐਲੀਮੈਂਟ। ਠੀਕ ਹੈ, ਇਹ ਬਣਨਾ ਸਟਾਰਟ ਹੋ ਜਾਂਦਾ ਹੈ, ਤਾਂ ਇਹ ਆਪਣੇ ਬੋਨਸ ਦੇ ਲਈ ਕੀ ਆ ਹਾਰਮਫੁਲ ਹੈਗਾ ਹੈ ਨਾ, ਬੋਨਸ ਜਿਹੜੀਆਂ ਉਹਦੀਆਂ ਆਪਣੀਆਂ ਫ੍ਰੈਕਚਰ ਹੋ ਜਾਂਦੀਆਂ, ਇੱਦਾਂ ਦੀ ਕੋਈ ਪ੍ਰੋਬਲਮ ਹੋ ਜਾਂਦੀ ਹੈ। ਰੇਡੀਓ ਐਕਟਿਵ ਵਿੱਚ ਅਟੈਚ ਵਿਦ ਕਲੇ, ਜੇ ਉਹ ਕਿਸੇ ਕਲੇ ਦੇ ਨਾਲ ਅਟੈਚ ਹੈ, ਠੀਕ ਹੈ, ਤਾਂ ਉਹ ਕੀ ਹੈ ਸੋਰਸ ਆਫ ਰੇਡੀਏਸ਼ਨ, ਤਾਂ ਉਹਦੇ ਚੋਂ ਰੇਡੀਏਸ਼ਨ ਬਾਹਰ ਆਉਣੀਆਂ ਸਟਾਰਟ ਹੋ ਜਾਂਦੀਆਂ ਇਨਵਾਇਰਮੈਂਟ ਦੇ ਵਿੱਚ, ਠੀਕ ਹੈ, ਤਾਂ ਉਹ ਕੀ ਹੈ ਸੋਰਸ ਆਫ ਰੇਡੀਏਸ਼ਨ ਬਣ ਜਾਂਦਾ ਹੈ। ਨਾਈਟ੍ਰੋਜਨ ਐਂਡ ਜਿਹੜੇ ਫਾਸਫੋਰਸ ਹੈ ਇਹ ਆਪਾਂ ਨੂੰ ਕਿੱਥੋਂ ਮਿਲਦੇ ਫਰਟੀਲਾਈਜ਼ਰ ਚੋਂ, ਇਹ ਵੀ ਸੋਇਲ ਦੇ ਵਿੱਚ ਚਲੇ ਜਾਂਦੇ ਆ ਹੈ ਨਾ, ਉੱਥੋਂ ਫਿਰ ਇਹ ਕੀ ਹੈ ਰਨ ਆਫ ਕਰਕੇ ਕਿਸੇ ਵਾਟਰ ਬਾਡੀ ਮਤਲਬ ਕਿਸੇ ਲੇਕ ਵਗੈਰਾ 'ਚ ਚਲੇ ਗਏ ਹੈ ਨਾ, ਮਤਲਬ ਕੋਈ ਪੌਂਡ ਵੀ ਕਹਿ ਸਕਦੇ ਹੋ ਜਾਂ ਰਿਵਰ ਵਗੈਰਾ ਚਲੇ ਜਾਂਦੇ ਆ। ਠੀਕ ਹੈ, ਇਹ ਯੂਟਰੋਫਿਕੇਸ਼ਨ ਹੋਣ ਲੱਗ ਜਾਂਦੀ। ਯੂਟਰੋਫਿਕੇਸ਼ਨ ਆਪਾਂ ਪੜ੍ਹਿਆ ਸੀ ਨਾ ਕਿ ਟੂ ਮੈਨੀ ਪਲਾਂਟਸ ਗਰੋ ਕਰ ਜਾਂਦੇ ਬਿਕੋਜ਼ ਆਫ ਇੱਦਾਂ ਦੇ ਨਾਈਟ੍ਰੋਜਨ ਐਂਡ ਫਾਸਫੋਰਸ ਕਰਕੇ। ਠੀਕ ਹੈ, ਤਾਂ ਇਹਦੇ ਨਾਲ ਕੀ ਹੈ ਤੁਹਾਡੀ ਸੋਇਲ 'ਤੇ ਵੀ ਕੀ ਹੈ ਇਫੈਕਟ ਪੈਂਦਾ ਹੈ। ਨੈਕਸਟ ਹੈ ਹਾਊ ਕੈਨ ਵੀ ਕੰਟਰੋਲ ਸੋਇਲ ਪੋਲਿਊਸ਼ਨ ਹੈ ਨਾ, ਹੁਣ ਮੇਨ ਆ ਗਿਆ ਕੰਟਰੋਲ ਕਿੱਦਾਂ ਕਰ ਸਕਦੇ ਹਾਂ। ਹੁਣ ਆਪਾਂ ਇਹਨਾਂ ਦੇ ਇਫੈਕਟ ਵੀ ਪੜ੍ਹ ਲਏ, ਹੁਣ ਆਪਾਂ ਪੜ੍ਹਨਾ ਹੈ ਕੰਟਰੋਲ। ਠੀਕ ਹੈ, ਇਹਨਾਂ ਕੈਮੀਕਲਸ ਨੂੰ ਫਲੂਐਂਟਸ ਨੂੰ ਤੁਹਾਨੂੰ ਪ੍ਰੋਪਰਲੀ ਟ੍ਰੀਟ ਕਰਨਾ ਚਾਹੀਦਾ ਹੈ। ਠੀਕ ਹੈ, ਇਹ ਨਹੀਂ ਕਿ ਤੁਸੀਂ ਸਿੱਧਾ ਹੀ ਕਿਤੇ ਜਾ ਕੇ ਸੁੱਟ ਦਿਓ ਹੈ ਨਾ ਸੋਇਲ ਤੇ ਹੈ ਨਾ, ਤਾਂ ਇੱਦਾਂ ਦਾ ਫਿਰ ਇਫੈਕਟ ਹੋਏਗੀ ਉਹ ਸੋਇਲ ਤੋਂ ਕਿਤੇ ਹੋਰ ਵਾਟਰ ਬਾਡੀ 'ਚ ਵੀ ਜਾ ਸਕਦਾ ਹੈ ਨਾ, ਜਿਵੇਂ ਲੇਕ ਵਗੈਰਾ 'ਚ ਚਲ ਜੇ। ਠੀਕ ਹੈ, ਤਾਂ ਇਹਦੇ ਨਾਲ ਕੀ ਹੈ ਆਪਣੀ ਹੈਲਥ 'ਤੇ ਇਫੈਕਟ ਪੈਂਦਾ ਹੈ। ਸੋਲਿਡ ਵੇਸਟ ਸ਼ੁੱਡ ਵੀ ਪ੍ਰੋਪਰਲੀ ਕਲੈਕਟ ਕਰਨਾ, ਉਹਨੂੰ ਡਿਸਪੋਜ਼ ਕਰਨਾ। ਠੀਕ ਹੈ, ਉਹਦਾ ਅਲੱਗ ਮੈਥਡ ਹੁੰਦਾ, ਮਤਲਬ ਉਹਨੂੰ ਕਿਤੇ ਦਫਨਾ ਦਿਓ ਹੈ ਨਾ। ਫਰੋਮ ਦਾ ਵੇਸਟ ਰਿਕਵਰੀ ਆਫ ਯੂਜ਼ਫੁਲ ਪ੍ਰੋਡਕਟ ਸ਼ੁੱਡ ਬੀ ਮੇਡ ਹੈ ਨਾ, ਉਹਨੂੰ ਤੁਸੀਂ ਰਿਕਵਰ ਕਰ ਲਓ, ਉਸ ਚੀਜ਼ ਨੂੰ ਰਿਕਵਰ ਕਰਕੇ ਦੁਬਾਰਾ ਯੂਜ਼ ਕਰ ਲਓ। ਜ਼ਰੂਰੀ ਤਾਂ ਨਹੀਂ ਉਹਨੂੰ ਵੇਸਟ ਦੀ ਫੋਰਮ 'ਚ ਹੀ ਤੁਸੀਂ ਸੁੱਟਣਾ ਹੈ ਨਾ। ਬਾਇਓਡੀਗ੍ਰੇਡੇਬਲ ਔਰਗੈਨਿਕ ਵੇਸਟ ਯੂਜ਼ ਕਰੋ, ਮਤਲਬ ਇੱਦਾਂ ਦੀ ਹੈ ਨਾ, ਇੱਦਾਂ ਦੇ ਤੁਸੀਂ ਵੇਸਟ ਹੋਣਾ ਚਾਹੀਦਾ ਤੁਹਾਡਾ ਕਿ ਬਾਇਓਡੀਗ੍ਰੇਡੇਬਲ, ਮਤਲਬ ਉਹ ਕੀ ਹੈ ਡੀਕੰਪੋਜ਼ ਹੋ ਜੇ। ਇਹ ਨਹੀਂ ਕਿ ਉਹ ਇਨਵਾਇਰਮੈਂਟ ਦੇ ਵਿੱਚ ਡੀਕੰਪੋਜ਼ ਹੀ ਨਾ ਹੋਵੇ, ਐਜ਼ ਇਟ ਇਜ਼ ਰਹਿ ਜੇ, ਤਾਂ ਬੈਟਰ ਹੈ ਕਿ ਤੁਸੀਂ ਬਾਇਓਡੀਗ੍ਰੇਡੇਬਲ ਚੀਜ਼ਾਂ ਯੂਜ਼ ਕਰੋ। ਕੈਟਲ ਡੰਗ ਸ਼ੁੱਡ ਬੀ ਯੂਜ਼ਡ ਮੀਥੇਨ ਜਨਰੇਸ਼ਨ ਦੇ ਲਈ, ਮੀਨਸ CH4 ਲਈ ਤੁਸੀਂ ਕੀ ਹੈ ਕੈਟਲ ਡੰਗ ਮੀਨਸ ਕਾਓ ਡੰਗ ਯੂਜ਼ ਕਰ ਲਓ।
जो मतलब काउ का वेस्ट होंगे एंड जड़े होंगे है नाइट सोयल के नाल सो भी यूज इन बायोगैस प्लांट तो सी ह्यूमन वेस्ट जड़ा वो यूज कर सकते हो है ना वो तो भी मीथेन की है गैस प्रोड्यूस कर सकते हो ठीक है एंड माइक्रोबियल डिग्रेडेशन ऑफ बायोडिग्रेडेबल सब्सटेंसेस इज आल्सो वन ऑफ द साइंटिफिक अप्रोच फॉर रिड्यूसिंग सोयल पोल्यूशन। सोयल पोल्यूशन घटाने के लिए ਤੁਸੀਂ ਕੀ ਹੈ ਬਾਇਓਡੀਗ੍ਰੇਡੇਬਲ ਸਬਸਟਾਂਸਿਸ ਨੂੰ ਯੂਜ਼ ਕਰ ਸਕਦੇ ਹੋ ਹੈ ਨਾ ਮਤਲਬ ਇਦਾਂ ਦੇ ਹੁਣ ਜੋ ਚੀਜ਼ਾਂ ਡੀਕੰਪੋਜ਼ ਹੋ ਜਾਣੇ ਇਹਦੇ ਨਾਲ ਵੀ ਕੀ ਹੈ ਸੋਇਲ ਪੋਲੂਸ਼ਨ ਘਟ ਜਾਂਦਾ ਹੈ। ਦੇਖੋ ਆਪਣਾ ਨੈਕਸਟ ਟੌਪਿਕ ਹੈ ਵਟ ਆਰ ਨਿਊਕਲੀਅਰ ਹੈਜ਼ਰਡਸ। ਹੁਣ ਆਪਾਂ ਨਿਊਕਲੀਅਰ ਚੀਜ਼ਾਂ ਨੂੰ ਯੂਜ਼ ਕਰਨ ਤੇ ਜਾਂ ਨਿਊਕਲੀਅਰ ਐਲੀਮੈਂਟਸ ਨੂੰ ਯੂਜ਼ ਕਰਨ ਦੇ ਕੀ ਨੁਕਸਾਨ ਨੇ ਹੈਜ਼ਰਡਸ ਨੇ ਹੈ ਨਾ ਉਹ ਪੜ੍ਹਨੇ। ਨਿਊਕਲੀਅਰ ਹੈਜ਼ਰਡਸ ਕੀ ਹੁੰਦੇ ਰੇਡੀਓ ਐਕਟਿਵ ਸਬਸਟਾਂਸਿਸ ਦੇਖੋ ਆਪਾਂ ਨੂੰ ਕੀ ਹੈ ਪ੍ਰੈਜੈਂਟ ਹੈਗੇ ਆ ਨੇਚਰ ਦੇ ਵਿੱਚ ਆਪਾਂ ਨੂੰ ਮਤਲਬ ਨੈਚੁਰਲੀ ਵੀ ਮਿਲਦੇ ਆ ਪਰ ਦੇਖੋ ਜਿਹੜੇ ਆਪਾਂ ਨੂੰ ਨੈਚੁਰਲੀ ਮਿਲਦੇ ਇਹਨਾਂ ਵਿੱਚ ਕੁਛ ਇਦਾਂ ਦੇ ਅਨਸਟੇਬਲ ਆਈਸੋਟੋਪਸ ਹੁੰਦੇ ਆ। ਆਈਸੋਟੋਪਸ ਵੀ ਮਤਲਬ ਤੁਸੀਂ ਇੱਕ ਤਰ੍ਹਾਂ ਦਾ ਐਲੀਮੈਂਟ ਜਾਂ ਕੰਪਾਊਂਡ ਕਹਿ ਸਕਦੇ ਹੋ। ਅਨਸਟੇਬਲ ਆ ਜਿਹੜੇ ਇਨਵਾਇਰਮੈਂਟ 'ਚ ਇੱਕੋ ਜਗ੍ਹਾ ਨਹੀਂ ਰਹਿੰਦੇ ਸਥਿਰ ਨਹੀਂ ਰਹਿੰਦੇ ਠੀਕ ਹੈ ਅਨਸਟੇਬਲ ਉਹ ਹੁੰਦੇ ਆ ਜੋ ਸਟੇਬਲ ਨਾ ਹੋਣ। ਅਨਸਟੇਬਲ ਆਈਸੋਟੋਪ ਕੀ ਕਰਦੇ ਆ ਫਾਸਟ ਮੂਵਿੰਗ ਪਾਰਟੀਕਲਸ ਕੀ ਹੈ ਜਨਰੇਟ ਕਰਦੇ ਰਹਿੰਦੇ ਇਹਨਾਂ ਵਿੱਚੋਂ ਹਾਈ એનર્ਜੀ ਰੇਡੀਏਸ਼ਨਸ ਨਿਕਲਦੀਆਂ ਰਹਿੰਦੀਆਂ ਠੀਕ ਹੈ ਫਿਕਸ ਰੇਟ ਤੇ ਠੀਕ ਹੈ। ਕਦੋਂ ਤੱਕ ਇਹ ਪ੍ਰੋਸੈਸ ਚੱਲਦਾ ਜਦੋਂ ਤੱਕ ਕੋਈ ਨਵਾਂ ਆਈਸੋਟੋਪ ਨਹੀਂ ਬਣ ਜਾਂਦਾ ਠੀਕ ਹੈ। ਇੱਕ ਅਨਸਟੇਬਲ ਆਈਸੋਟੋਪ ਉਦੋਂ ਤੱਕ ਮਤਲਬ ਰੇਡੀਏਸ਼ਨਸ ਇਹਦੇ ਚੋਂ ਬਾਹਰ ਆਉਂਦੀਆਂ ਜਦੋਂ ਤੱਕ ਇਹਦੇ ਤੋਂ ਇੱਕ ਆਪਣੇ ਆਪਾਂ ਨੂੰ ਕੀ ਹੈ ਸਟੇਬਲ ਕੰਪਾਊਂਡ ਜਾਂ ਸਟੇਬਲ ਆਈਸੋਟੋਪ ਨਹੀਂ ਮਿਲਦਾ ਠੀਕ ਹੈ। ਆਈਸੋਟੋਪਸ ਰਿਲੀਜ਼ એનર્ਜੀ ਆਈਦਰ ਇਨ ਦਾ ਫਾਰਮ ਆਫ ਹੁਣ ਦੇਖੋ ਇਹਦੇ ਵਿੱਚੋਂ ਰੇਡੀਏਸ਼ਨਸ ਬਾਹਰ ਆਉਂਦੀਆਂ ਹੈ ਨਾ ਉਹ ਕੀ ਹੈ એનર્ਜੀ ਰਿਲੀਜ਼ ਕਰਦੇ ਇਨ ਦਾ ਫਾਰਮ ਆਫ ਗਾਮਾ ਰੇਜ਼ ਠੀਕ ਹੈ। ਗਾਮਾ ਕੀ ਇਹਦਾ ਸਿੰਬਲ ਹੁੰਦਾ ਹੈ ਗਾਮਾ ਦੀ ਫਾਰਮ 'ਚ ਇਹਦੇ 'ਚੋਂ ਰੇਡੀਏਸ਼ਨਸ ਆਉਂਦੀਆਂ ਜਿਹੜੀਆਂ ਕਿ ਹਾਈ એનર્ਜੀ ਵਾਲੀਆਂ ਰੇਡੀਏਸ਼ਨਸ ਹੁੰਦੀਆਂ ਠੀਕ ਹੈ। ਜਾਂ ਇਹਨੂੰ ਕਹਿ ਸਕਦੇ ਹੋ ਆਇਨਾਈਜੇਸ਼ਨ ਪਾਰਟੀਕਲਸ ਇਹਦੇ 'ਚੋਂ ਬਾਹਰ ਆਉਂਦੇ ਆ ਜਿਵੇਂ ਅਲਫਾ ਪਾਰਟੀਕਲਸ ਕਹਿ ਸਕਦੇ ਹੋ ਉਹ ਆਈਸੋਟੋਪਸ 'ਚੋਂ ਬਾਹਰ ਆਉਂਦੇ ਆ ਜਾਂ ਬੀਟਾ ਹੈ ਨਾ ਅਲਫਾ ਇੱਦਾਂ ਹੁੰਦਾ ਹੈ ਐਂਡ ਦੈਨ ਬੀਟਾ ਪਾਰਟੀਕਲਸ ਤੁਸੀਂ ਇਹ ਕਹਿ ਸਕਦੇ ਹੋ ਇਹਦੇ ਵਿੱਚੋਂ ਕੀ ਹੈ ਅਲਫਾ ਬੀਟਾ ਐਂਡ ਗਾਮਾ ਠੀਕ ਹੈ। ਅਲਫਾ ਬੀਟਾ ਐਂਡ ਗਾਮਾ ਤਿੰਨੋਂ ਤਰ੍ਹਾਂ ਦੇ ਪਾਰਟੀਕਲਸ ਬਾਹਰ ਆਉਂਦੇ ਆ ਠੀਕ ਹੈ ਇਸ ਆਈਸੋਟੋਪਸ ਚੋਂ ਠੀਕ ਹੈ। ਅਲਫਾ ਪਾਰਟੀਕਲਸ ਕੀ ਹੈ ਫਾਸਟ ਮੂਵਿੰਗ ਇਹ ਪੋਜ਼ਿਟਿਵ ਹੁੰਦੇ ਆ ਠੀਕ ਹੈ। ਜਿਹੜੇ ਅਲਫਾ ਹੈਗੇ ਆ ਇਹ ਪੋਜ਼ਿਟਿਵ ਪਾਰਟੀਕਲਸ ਹੁੰਦੇ ਆ ਵੇਅਰ ਐਜ਼ ਬੀਟਾ ਬੀਟਾ ਆਰ ਹਾਈ ਸਪੀਡ ਨੈਗੇਟਿਵ ਠੀਕ ਹੈ। ਜਿਹੜੇ ਬੀਟਾ ਵਾਲੇ ਆ ਇਹ ਨੈਗੇਟਿਵ ਪਾਰਟੀਕਲਸ ਹੁੰਦੇ ਆ ਠੀਕ ਹੈ ਇਹ ਇਲੈਕਟ੍ਰੋਨਸ ਹੁੰਦੇ ਆ ਠੀਕ ਹੈ। ਇਹ ਕੀ ਹੈ ਨੈਗੇਟਿਵ ਚਾਰਜ ਕਿਹਨਾਂ ਦਾ ਹੁੰਦਾ ਹੈ ਇਲੈਕਟ੍ਰੋਨਸ ਦਾ ਹੀ ਹੁੰਦਾ ਹੈ ਨਾ ਐਂਡ ਪ੍ਰੋਟੋਨਸ ਦਾ ਕੀ ਹੁੰਦਾ ਹੈ ਪੋਜ਼ਿਟਿਵ ਚਾਰਜ ਹੁੰਦਾ ਹੈ। ਦੀਸ ਆਇਨਾਈਜੇਸ਼ਨ ਰੇਡੀਏਸ਼ਨਸ ਹੈਵ ਅ ਵੇਰੀਏਬਲ ਪੈਨੀਟ੍ਰੇਸ਼ਨ ਪਾਵਰ ਬਾਕੀ ਇਹਨਾਂ ਦੀ ਇਹਨਾਂ ਤੇ ਡਿਪੈਂਡ ਕਰਦਾ ਇਹਨਾਂ ਦੀ ਪੈਨੀਟ੍ਰੇਸ਼ਨ ਠੀਕ ਹੈ ਵੇਰੀਏਬਲ ਪੈਨੀਟ੍ਰੇਸ਼ਨ ਪਾਵਰ ਹੁੰਦੀ ਹੈ ਹਨਾ। ਕੋਈ ਪਾਰਟੀਕਲ ਹੈ ਕਿਸੇ ਨੂੰ ਈਜ਼ੀਲੀ ਪਾਸ ਕਰ ਸਕਦਾ ਹੈ ਕੋਈ ਪਾਰਟੀਕਲ ਹੈ ਕਿਸੇ ਨੂੰ ਪਾਸ ਕਰਨ ਦੇ ਲਈ ਕੀ ਹੈ ਥੋੜ੍ਹਾ ਜਿਹਾ ਟਾਈਮ ਲਗਾ ਸਕਦਾ ਹੈ। ਇਹਨਾਂ ਦੀ ਪੈਨੀਟ੍ਰੇਸ਼ਨ ਪਾਵਰ ਕੀ ਹੈ ਅਲੱਗ ਅਲੱਗ ਹੁੰਦੀ ਹੈ। ਹਾਂਜੀ ਨੈਕਸਟ ਤੁਸੀਂ ਦੇਖ ਸਕਦੇ ਹੋ ਆ ਕੀ ਹੈ ਅਲਫਾ ਰੇਡੀਏਸ਼ਨਸ ਹੈ ਬੀਟਾ ਐਂਡ ਦੈਨ ਗਾਮਾ ਠੀਕ ਹੈ। ਦੇਖੋ ਜਿਹੜੀਆਂ ਅਲਫਾ ਰੇਡੀਏਸ਼ਨਸ ਜਾ ਰਹੀਆਂ ਉਹ ਤਾਂ ਸਿਰਫ ਪੇਪਰ ਤੱਕ ਹੀ ਗਈਆਂ ਠੀਕ ਹੈ ਐਂਡ ਜਿਹੜੀਆਂ ਬੀਟਾ ਉਹ ਪੇਪਰ ਨੂੰ ਕ੍ਰੋਸ ਕਰਕੇ ਵੁੱਡ ਤੱਕ ਜਾ ਰਹੀਆਂ ਐਂਡ ਜਿਹੜੀਆਂ ਗਾਮਾ ਉਹ ਦੇਖੋ ਪੇਪਰ ਵੁੱਡ ਨੂੰ ਕਰਕੇ ਕੰਕਰੀਟ ਵਾਲ ਹੈ ਹਨਾ ਜੋ ਤੁਹਾਡੀ ਮਤਲਬ ਥੋੜੀ ਹਾਰਡ ਬਣੀ ਹੁੰਦੀ ਹੈ ਵਾਲ ਜਿਵੇਂ ਹਨਾ ਕੰਕਰੀਟ ਵਾਲ ਉਹ ਹੁੰਦੀ ਹੈ ਤਾਂ ਇਹ ਗਾਮਾ ਇਹ ਕਹਿ ਸਕਦੇ ਹੋ ਸਭ ਤੋਂ ਘੱਟ ਸਟਰੋਂਗ ਅਲਫਾ ਹੈ ਉਸ ਤੋਂ ਜ਼ਿਆਦਾ ਸਟਰੋਂਗ ਬੀਟਾ ਰੇਡੀਏਸ਼ਨਸ ਹੈ ਦੈਨ ਉਸ ਤੋਂ ਜ਼ਿਆਦਾ ਸਟਰੋਂਗ ਕੀ ਹੈ ਤੁਹਾਡੀ ਗਾਮਾ ਰੇਡੀਏਸ਼ਨਸ ਹੈ ਠੀਕ ਹੈ। ਇਹ ਇਹਨਾਂ ਦੀ ਪੈਨੀਟ੍ਰੇਸ਼ਨ ਪਾਵਰ ਹੈ ਠੀਕ ਹੈ। ਐਂਡ ਸੋਰਸਿਸ ਆਫ ਦੇਖੋ ਕੀ ਹੈ ਸੋਰਸਿਸ ਮਤਲਬ ਕਾਜ਼ਿਸ ਕੀ ਹੈ ਰੇਡੀਓ ਐਕਟੀਵਿਟੀਜ਼ ਜਾਂ ਕਿੱਥੋਂ ਇਹ ਜਨਰੇਟ ਹੁੰਦੀ ਹੈ ਸੋਰਸਿਸ ਇਹਨੂੰ ਆਪਾਂ ਗਰੁੱਪਿੰਗ ਕਰ ਸਕਦੇ ਹਾਂ। ਫਸਟ ਇਹਦੀ ਕੈਟੇਗਰੀ ਹੈ ਨੈਚੁਰਲ ਸੋਰਸਿਸ ਹੁੰਦੇ ਆ ਇਹਦੇ। ਸੈਕਿੰਡ ਹੁੰਦੇ ਐਂਥਰੋਪੋਜੈਨਿਕ। ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਐਂਥਰੋਪੋਜੈਨਿਕ ਵਰਡ ਲਰਨ ਕਰਿਓ ਕਾਫੀ ਟਾਈਮ ਯੂਜ਼ ਹੁੰਦਾ ਮਤਲਬ ਮੈਨ ਮੇਡ ਜੋ ਇਨਸਾਨ ਦੁਆਰਾ ਮਤਲਬ ਕੀਤਾ ਜਾਂਦਾ ਜਾਂ ਇਨਸਾਨ ਦੁਆਰਾ ਸੋਰਸ ਜਨਰੇਟ ਕੀਤੇ ਜਾਂਦੇ ਆ ਆਹ ਤਾਂ ਨੈਚੁਰਲ ਹੋ ਗਏ। ਮੈਨ ਮੇਡ ਹੁਣ ਆਪਾਂ ਕਹਿ ਸਕਦੇ ਹਾਂ ਵੀ ਜੋ ਚੀਜ਼ ਇਨਸਾਨ ਨੇ ਬਣਾਈ ਹੈ ਉਹ ਆਰਟੀਫਿਸ਼ਲ ਹੋ ਗਈ ਠੀਕ ਹੈ। ਹੁਣ ਦੇਖੋ ਨੈਚੁਰਲ ਸੋਰਸਿਸ ਕਿਹੜੇ ਹੁੰਦੇ ਆ ਸੋਰਸਿਸ ਆਫ ਨੈਚੁਰਲ ਰੇਡੀਓ ਐਕਟੀਵਿਟੀ
ਇਨਕਲੂਡ ਦੇਖੋ ਇਹਦੇ ਵਿੱਚ ਕਿਹੜੇ ਕਿਹੜੇ ਸੋਰਸਿਸ ਆ ਜਾਂਦੇ, ਕੋਸਮਿਕ ਰੇਜ਼ ਆ ਜਾਂਦੀਆਂ ਮਤਲਬ ਜਿਹੜੀਆਂ ਸਪੇਸ ਤੋਂ ਆਉਂਦੀਆਂ, ਐਂਡ ਰੇਡੀਓ ਐਕਟਿਵ ਰੈਡੋਨ 222 ਜਿਹੜਾ ਆ ਗਿਆ ਇਹ ਕਹਿ ਸਕਦੇ ਹੋ, ਸੋਇਲ ਵੀ ਇੱਕ ਨੈਚੁਰਲ ਸੋਰਸ ਹੈ, ਰੌਕਸ ਹੋ ਗਈਆਂ, ਏਅਰ, ਵਾਟਰ, ਫੂਡ, ਇਹ ਆਪਾਂ ਨੂੰ ਨੈਚੁਰਲੀ ਮਿਲਦਾ ਹੈ ਨਾ, ਇਹ ਸਾਰੀਆਂ ਚੀਜ਼ਾਂ ਨੈਚੁਰਲ ਸੋਰਸਿਸ ਹੈ। ਐਂਡ ਐਂਥਰੋਪੋਜੈਨਿਕ ਸੋਰਸਿਸ ਕਿਹੜੇ ਹੁੰਦੇ ਆ, ਆਰ ਨਿਊਕਲੀਅਰ ਪਾਵਰ ਪਲਾਂਟਸ, ਦੇਖੋ ਇਨਸਾਨ ਇਹ ਤਾਂ ਖੁਦ ਹੀ ਲਾਉਂਦਾ ਹੈ ਨਾ, ਨਿਊਕਲੀਅਰ ਪਾਵਰ ਪਲਾਂਟਸ, ਨਿਊਕਲੀਅਰ ਐਕਸੀਡੈਂਟਸ ਜਿਹੜੇ ਹੋ ਜਾਂਦੇ ਆ, ਤੇ ਬੰਬ ਵਗੈਰਾ ਬਲਾਸਟ ਹੋ ਗਿਆ, ਠੀਕ ਹੈ, ਐਕਸਰੇਜ਼ ਹੋ ਗਿਆ, ਡਾਇਗਨੋਸਟਿਕ ਕਿੱਟ ਹੁੰਦੀਆਂ ਹੈ ਨਾ, ਜਿਵੇਂ ਕਿਸੇ ਚੀਜ਼ ਨੂੰ ਤੁਸੀਂ ਟੈਸਟ ਕਰਨਾ ਹੈ ਨਾ, ਜਿਵੇਂ ਟੈਸਟ ਲੈਬੋਰਟਰੀਜ਼ ਹੋ ਗਈਆਂ, ਇਹ ਸਾਰੇ ਕੀ ਹੈ ਤੁਹਾਡੇ ਮੈਨਮੇਡ ਮਤਲਬ ਸੋਰਸਿਸ ਹੁੰਦੇ ਆ, ਐਂਥਰੋਪੋਜੈਨਿਕ ਸੋਰਸਿਸ ਇਹਨਾਂ ਨੂੰ ਤੁਸੀਂ ਕਹਿ ਸਕਦੇ ਹੋ। ਦੇਖੋ ਨੈਕਸਟ ਆਪਣਾ ਇਫੈਕਟਸ, ਹੁਣ ਇਹਦੇ ਕੀ ਪ੍ਰਭਾਵ ਪੈ ਸਕਦੇ ਇਹਨਾਂ ਰੇਡੀਏਸ਼ਨਸ ਦੇ, ਜੋ ਆਪਾਂ ਪੜ੍ਹੇ ਆ ਅਲਫਾ, ਬੀਟਾ ਐਂਡ ਗਾਮਾ ਦੇ, ਹੈ ਨਾ, ਇਹਨਾਂ ਦੇ ਕੀ ਇਫੈਕਟ ਪੈ ਸਕਦੇ। ਦੇਖੋ ਆਪਾਂ ਪੜ੍ਹਿਆ ਸੀ ਕਿ ਗਾਮਾ ਤਾਂ ਕਾਫੀ ਜ਼ਿਆਦਾ ਮਤਲਬ ਸਟਰੋਂਗ ਰੇਡੀਏਸ਼ਨ ਹੁੰਦੀ ਹੈ ਨਾ, ਮਤਲਬ ਹਰ ਚੀਜ਼ ਤੋਂ ਪਾਸ ਕਰ ਜਾਂਦੀ ਹੈ। ਹੁਣ ਦੇਖੋ ਜਿਹੜਾ ਇਹਨਾਂ ਰੇਡੀਏਸ਼ਨ ਦਾ ਇਫੈਕਟ ਕਈ ਵਾਰੀ ਲਿਵਿੰਗ ਬੀਂਗਸ ਤੇ ਇੰਨਾ ਜ਼ਿਆਦਾ ਪੈਂਦਾ ਹੈ, ਮਤਲਬ ਆਪਣੀ ਕੀ ਹੈ ਬੋਡੀ ਸੈਲਸ ਤੇ ਕਾਫੀ ਮਤਲਬ ਆਪਣੀ ਜਿਹੜੇ ਬੋਡੀ ਸੈਲਸ ਆ ਉਹਨਾਂ ਨੂੰ ਇਫੈਕਟ ਕਰਦੇ ਹੈ, ਜਾਂ ਆਪਣੇ ਮਤਲਬ ਜੈਨੇਟਿਕ ਲੈਵਲ ਤੇ ਵੀ ਇਫੈਕਟ ਪੈਂਦਾ ਹੈ, ਠੀਕ ਹੈ, ਜੈਨੇਟਿਕ ਡੈਮੇਜ ਹੋ ਜਾਂਦਾ ਹੈ, ਮਤਲਬ ਜਿਹੜੀਆਂ ਇਹਦੀਆਂ ਰੇਡੀਏਸ਼ਨਸ ਕਰਕੇ ਆਪਣਾ ਜਿਵੇਂ DNA ਇਫੈਕਟ ਕਰ ਜਾਂਦਾ ਹੈ, ਜੀਨਸ ਐਂਡ ਕ੍ਰੋਮੋਸੋਮਸ, ਠੀਕ ਹੈ, ਦੋ ਤਰ੍ਹਾਂ ਦੇ ਹੁੰਦੇ ਆ ਆਪਣੇ ਕ੍ਰੋਮੋਸੋਮਸ, ਐਕਸ ਐਂਡ ਵਾਈ ਕ੍ਰੋਮੋਸੋਮਸ ਹੁੰਦੇ ਆ, ਠੀਕ ਹੈ, ਆਪਣੀ ਬੋਡੀ ਦੇ ਵਿੱਚ, ਠੀਕ ਹੈ, ਮਤਲਬ ਇਹ ਕਹਿ ਲਓ ਕਿ ਆਪਣੀ DNA ਇਫੈਕਟ ਕਰ ਜਾਂਦਾ ਹੈ। ਹੁਣ DNA ਤਾਂ ਦੇਖੋ ਪੇਰੈਂਟਸ ਤੋਂ ਅੱਗੇ ਚਿਲਡਰਨ ਤੱਕ ਜਾਂਦਾ ਹੈ ਨਾ, ਤਾਂ ਇਹ ਵਾਲਾ ਜਿਹੜਾ ਹੁੰਦਾ ਹੈ DNA, ਜੇ ਪੇਰੈਂਟਸ ਦਾ DNA ਇਫੈਕਟ ਹੋ ਗਿਆ ਨਾ, ਤਾਂ ਉਹ ਵਾਲਾ ਇਫੈਕਟ ਕਿਹਨੂੰ ਟ੍ਰਾਂਸਮਿਟ ਹੋ ਜਾਂਦਾ, ਉਹਨਾਂ ਦੇ ਅੱਗੇ ਚਿਲਡਰਨਸ ਨੂੰ, ਜਾਂ ਇਹਨਾਂ ਨੂੰ ਚਿਲਡਰਨਸ ਨੂੰ ਤੁਸੀਂ ਆਫ ਸਪ੍ਰਿੰਗਸ ਵੀ ਕਹਿ ਸਕਦੇ ਹੋ ਬੱਚਿਆਂ ਨੂੰ, ਠੀਕ ਹੈ। ਅੱਗੇ ਦੇਖੋ ਇਹ ਏਦਾਂ ਹੀ ਜਨਰੇਸ਼ਨ 'ਚ ਇਫੈਕਟ ਮਤਲਬ ਕੀ ਹੈ ਟ੍ਰਾਂਸਫਰ ਹੁੰਦਾ ਰਹਿੰਦਾ, ਠੀਕ ਹੈ। ਨੈਕਸਟ ਹੈ ਸੋਮੈਟਿਕ ਡੈਮੇਜ ਹੋ ਜਾਂਦਾ, ਸੋਮੈਟਿਕ ਮਤਲਬ ਬਰਨਸ ਕ੍ਰੀਏਟ ਹੋ ਜਾਂਦੇ ਹੈ, ਮਿਸਕੈਰੇਜ ਹੋ ਜਾਂਦਾ, ਆਈ ਦੀ ਪ੍ਰੋਬਲਮ ਹੋ ਜਾਂਦੀ ਹੈ, ਬੋਨ ਕੈਂਸਰ ਹੋ ਜਾਂਦਾ ਹੈ, ਥਾਇਰਾਇਡ ਹੋ ਗਿਆ, ਬ੍ਰੈਸਟ, ਲੰਗਸ ਐਂਡ ਸਕਿਨ, ਏਦਾਂ ਦੀਆਂ ਬਿਮਾਰੀਆਂ ਕੀ ਹੈ ਤੁਹਾਨੂੰ ਲੱਗ ਜਾਂਦੀਆਂ, ਜਿਹੜਾ ਬੰਦਾ ਇਹਨਾਂ ਰੇਡੀਏਸ਼ਨਸ ਦੇ ਵਿੱਚ ਰਹਿੰਦਾ ਜਾਂ ਕਹਿ ਲਓ ਐਕਸਪੋਜ਼ਰ ਦੇ ਅੰਡਰ ਰਹਿੰਦਾ, ਠੀਕ ਹੈ, ਉਹਨਾਂ ਨੂੰ ਇਹ ਪ੍ਰੋਬਲਮਸ ਵਗੈਰਾ ਫੇਸ ਕਰਨੀਆਂ ਪੈਂਦੀਆਂ। ਦੇਖੋ ਜਿਹੜੇ ਅਲਫਾ ਪਾਰਟੀਕਲਸ ਹੁੰਦੇ ਤਾਂ ਆਪਾਂ ਪੜ੍ਹੇ ਸੀ ਪੇਪਰ 'ਚ ਹੀ ਮਸਾਂ ਕ੍ਰੋਸ ਕਰਦੇ ਆ ਨਾ, ਇਹ ਆਪਣੀ ਸਕਿਨ ਨੂੰ ਦੇ ਵਿੱਚੋਂ ਪਾਸ ਕਰਕੇ ਆਪਣੀ ਜਿਹੜੀ ਇੰਟਰਨਲ ਆਰਗਨਸ ਹੈ ਉਹਨਾਂ 'ਤੇ ਕੋਈ ਇਫੈਕਟ ਨਹੀਂ ਪਾਉਂਦੇ। ਜਿਹੜੇ ਮਤਲਬ ਬੀਟਾ ਵਾਲੇ ਹੁੰਦੇ ਆ, ਹੈ ਨਾ, ਅਲਫਾ ਵਾਲੇ ਤਾਂ ਇੰਨਾ ਪਾਉਂਦੇ ਨਹੀਂ ਇਫੈਕਟ, ਬਟ ਜਿਹੜੇ ਬੀਟਾ ਵਾਲੇ ਹੁੰਦੇ ਇਹ ਆਪਣੀ ਇੰਟਰਨਲ ਆਰਗਨਸ ਦੇ ਵਿੱਚ ਮਤਲਬ ਆਪਣੀ ਸਕਿਨ ਨੂੰ ਕ੍ਰੋਸ ਕਰਕੇ ਮਤਲਬ ਇਹ ਰੇਡੀਏਸ਼ਨਸ ਆਪਣੇ ਆਰਗਨਸ ਨੂੰ ਇਫੈਕਟ ਪਾਉਂਦੇ ਆ, ਠੀਕ ਹੈ। ਜਿਵੇਂ ਰੇਡੀਓ ਆਈਸੋਟੋਪਸ ਆਪਣੇ ਇਨਵਾਇਰਮੈਂਟ 'ਚ ਕਿਵੇਂ ਐਂਟਰ ਕਰਦੇ ਆ, ਜਦੋਂ ਮਾਈਨਿੰਗ ਕੀਤੀ ਜਾਂਦੀ ਹੈ ਯੂਰੇਨੀਅਮ, ਹੈ ਨਾ, ਯੂਰੇਨੀਅਮ ਕੇ ਇੱਕ ਰੇਡੀਓ ਐਕਟਿਵ ਐਲੀਮੈਂਟ ਹੈਗਾ, ਜੋ ਕਿ ਇਹ ਧਰਤੀ ਦੇ ਵਿੱਚ ਕੀ ਹੈ ਮਤਲਬ ਖੁਦਾਈ ਵਗੈਰਾ ਕਰਕੇ ਇਹਨੂੰ ਬਾਹਰ ਕੱਢਿਆ ਜਾਂਦਾ, ਠੀਕ ਹੈ। ਤਾਂ ਉਸ ਟਾਈਮ ਕੀ ਹੈ ਕੁਛ ਕਹਿ ਲਓ ਇਹਦੇ ਪਾਰਟੀਕਲ ਜਾਂ ਕੁਛ ਵੀ ਹੈ ਰੇਡੀਓ ਆਈਸੋਟੋਪਸ ਕਹਿ ਲਓ ਇਹਦੇ ਪਾਰਟੀਕਲਸ ਐਂਟਰ ਕਰ ਜਾਂਦੇ ਆ ਐਨਵਾਇਰਮੈਂਟ ਦੇ ਵਿੱਚ। ਜਿਵੇਂ ਰੇਡੀਓ ਐਕਟੀਵਿਟੀ ਇਨ ਅਰਥ ਕ੍ਰਸਟ ਐਂਟਰਸ ਦਾ ਕ੍ਰੋਪ ਗਰੋਨ ਦੇਅਰ, ਠੀਕ ਹੈ, ਰੇਡੀਓ ਐਕਟੀਵਿਟੀ ਐਲੀਮੈਂਟ ਕੀ ਆ ਉੱਥੇ ਵੀ ਚਲੇ ਜਾਂਦੇ ਜਿੱਥੇ ਆਪਾਂ ਕ੍ਰੋਪਸ ਵਗੈਰਾ ਉਗਾਉਂਦੇ ਹਾਂ, ਹੈ ਨਾ, ਜਾਂ ਹਿਊਮਨ ਬੀਂਗਸ 'ਚ ਚਲੇ ਜਾਂਦੇ, ਇਹਦੇ ਨਾਲ ਕੀ ਆਪਣੀ ਬੋਡੀ ਨੂੰ ਇਹ ਕੀ ਹੈ ਇਫੈਕਟ ਕਰਦੇ ਆ। ਜਿਵੇਂ ਰੇਡੀਓ ਐਕਟਿਵ ਉਹਨਾਂ ਨੇ ਆਇਓਡੀਨ ਦੱਸਿਆ ਹੋਇਆ ਨਾ, ਆਇਓਡੀਨ ਕਰਕੇ ਕੀ ਹੈ ਤੁਹਾਨੂੰ ਕੈਂਸਰ ਵਗੈਰਾ ਦੀਆਂ ਪ੍ਰੋਬਲਮ ਹੋ ਸਕਦੀਆਂ। ਸਟ੍ਰੋਂਟੀਅਮ 90 ਆਪਾਂ ਪਹਿਲਾਂ ਹੀ ਪੜ੍ਹਿਆ ਕਿ ਇਹਦੇ ਨਾਲ ਕਿਹੜੀ ਪ੍ਰੋਬਲਮ ਹੋ ਜਾਂਦੀ ਹੈ, ਬੋਨਸ ਵਗੈਰਾ ਮਤਲਬ ਹੋ ਜਾਂਦੀ ਹੈ, ਮਤਲਬ ਆਪਣੀ ਕੀ ਹੈ ਜਦੋਂ ਕੈਲਸ਼ੀਅਮ ਦੀ ਜਗ੍ਹਾ ਸਟ੍ਰੋਂਟੀਅਮ ਬਣਨਾ ਸਟਾਰਟ ਹੋ ਜਾਏ ਤਾਂ ਉਦੋਂ ਕੀ ਹੈ ਬੋਨਸ ਆਪਣੀਆਂ ਡੈਮੇਜ ਹੋਣੀਆਂ ਸਟਾਰਟ ਹੋ ਜਾਂਦੀਆਂ ਨਾ, ਲੁਕੀਮੀਆ ਜਾਂ ਕੈਂਸਰ ਦੀ ਜਿਹੜੀ ਪ੍ਰੋਬਲਮ ਹੈ ਉਹ ਕ੍ਰੀਏਟ ਹੋ ਜਾਂਦੀ ਹੈ। ਦੇਖੋ ਹਾਊ ਕੈਨ ਵੀ ਕੰਟਰੋਲ ਨਿਊਕਲੀਅਰ ਪੋਲਿਊਸ਼ਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ, ਦੇਖੋ ਇਹਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਰੇਡੀਓ ਐਕਟਿਵ ਐਲੀਮੈਂਟਸ ਆ ਕਾਫੀ ਡੇਂਜਰਸ ਹੁੰਦੇ ਆ, ਜਿਹੜੇ ਤੁਸੀਂ ਨਿਊਕਲੀਅਰ ਪਾਵਰ ਪਲਾਂਟਸ 'ਚ ਇਹਨਾਂ ਨੂੰ ਯੂਜ਼ ਕਰ ਰਹੇ ਹੋ ਤਾਂ ਉਹਨੂੰ ਕੇਅਰਫੁਲੀ ਹੈਂਡਲ ਕਰੋ, ਠੀਕ ਹੈ। ਬਾਕੀ ਜਿਹੜਾ ਇਹਦਾ ਵੇਸਟ ਵਗੈਰਾ ਹੈ ਨਾ ਉਹ ਤੁਹਾਨੂੰ ਕੀ ਹੈ ਪ੍ਰੋਪਰਲੀ ਡਿਸਪੋਜ਼ ਕਰਨਾ ਚਾਹੀਦਾ, ਇਹ ਨਹੀਂ ਕਿ ਤੁਸੀਂ ਲਿਆ ਕੇ ਇੱਦਾਂ ਹੀ ਵੇਸਟੇਜ ਨੂੰ ਸੁੱਟਦਾ, ਹੈ ਨਾ, ਉਹ ਅੱਗੇ ਜਾ ਕੇ ਕੀ ਹੈ ਹਿਊਮਨ ਲਾਈਫ ਨੂੰ ਇਫੈਕਟ ਕਰੂਗਾ, ਠੀਕ ਹੈ, ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਨੈਕਸਟ ਟੌਪਿਕ ਹੈ ਸੋਲਿਡ ਵੇਸਟ ਮੈਨੇਜਮੈਂਟ, ਠੀਕ ਹੈ, ਇਹ ਆਪਣਾ ਕੀ ਹੈ ਲਾਸਟ ਟੌਪਿਕ ਹੈ ਆਪਣੀ ਯੂਨਿਟ 5th ਦਾ, ਠੀਕ ਹੈ। ਆਪਾਂ ਯੂਨਿਟ 5th ਕਰ ਰਹੇ ਸੀ, ਲਾਸਟ ਟੌਪਿਕ ਹੈ, ਫਿਰ ਤੁਹਾਡਾ ਯੂਨਿਟ 5th ਕੀ ਹੈ ਕੰਪਲੀਟ ਹੋ ਜਾਏਗਾ। ਦੇਖੋ ਜਿਵੇਂ ਜਿਵੇਂ ਲੋਕਾਂ ਦਾ ਸਟੈਂਡਰਡ ਇਨਕਰੀਜ਼ ਹੋ ਰਿਹਾ ਓਨਾ ਹੀ ਤੁਸੀਂ ਕਹਿ ਸਕਦੇ ਹੋ ਵੀ ਵੇਸਟ ਜਿਹੜਾ ਹੈਗਾ ਨਾ ਸੋਲਿਡ ਵੇਸਟ
ਉਨਾ ਹੀ ਜ਼ਿਆਦਾ ਵੱਧ ਰਿਹਾ ਹੈ ਨਾ। ਲੋਕੀ ਕਰਦੇ ਆ ਗੰਦਗੀ ਏਦਾਂ ਹੀ ਸੁੱਟ ਦਿੰਦੇ ਆ, ਹੈ ਨਾ। ਤੁਸੀਂ ਕੋਈ ਰੈਪਰ ਹੈ, ਰੈਪਰ ਏਦਾਂ ਹੀ ਸੁੱਟਤਾ, ਹੈ ਨਾ, ਮਤਲਬ ਜਾ ਰਹੇ ਹੋ ਕਿਤੋਂ, ਠੀਕ ਹੈ, ਉਹਨੂੰ ਡਸਟਬਿਨ ਵਿੱਚ ਵੀ ਨਹੀਂ ਸੁੱਟਿਆ ਜਾਂਦਾ, ਠੀਕ ਹੈ। ਤਾਂ ਇਹ ਮੰਨ ਲਓ ਜੇ ਏਦਾਂ ਹੀ ਇਹ ਚੀਜ਼ ਪ੍ਰੋਸੈਸ ਕੰਟੀਨਿਊਸਲੀ ਚੱਲਦੀ ਰਹੀ ਤਾਂ ਏਦਾਂ ਦਾ ਟਾਈਮ ਆ ਜਾਏਗਾ, ਇਹਨੂੰ ਮੈਨੇਜ ਕਰਨਾ ਬਹੁਤ ਡਿਫਿਕਲਟ ਹੋ ਜਾਏਗਾ, ਠੀਕ ਹੈ। ਤਾਂ ਇਸ ਕਰਕੇ ਇਹਦੀ ਮੈਨੇਜਮੈਂਟ ਹੈ ਜਿਹੜੀ ਸੋਲਿਡ ਵੇਸਟ ਦੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਇਹਦੇ ਬੈਡ ਇਫੈਕਟਸ ਨੂੰ ਘਟਾਉਣਾ ਚਾਹੁੰਦੇ ਹੋ, ਠੀਕ ਹੈ। ਸੋਲਿਡ ਵੇਸਟ ਦਾ ਤੁਹਾਡੇ ਤੇ ਹਿਊਮਨ ਲਾਈਫ ਤੇ ਕੋਈ ਇਫੈਕਟ ਨਾ ਪਵੇ, ਤਾਂ ਇਹਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਸੋਲਿਡ ਵੇਸਟ ਦੇਖੋ ਕਿਹੜਾ ਹੁੰਦਾ ਹੈ, ਲਿਕੁਇਡ ਐਂਡ ਗੈਸ ਨਹੀਂ ਆਏਗਾ ਨਾ। ਲਿਕੁਇਡ ਤਾਂ ਮਤਲਬ ਤੁਹਾਡਾ ਇੱਕ ਵਾਟਰ ਵਰਗਾ ਹੋ ਜਾਂਦਾ, ਗੈਸ ਜਿਹੜੀ ਹੁੰਦੀ ਹੈ ਉਹ ਤਾਂ ਦਿਖਦੀ ਨਹੀਂ ਵੈਸੇ ਆਪਾਂ ਨੂੰ। ਸੋਲਿਡ ਸੋਲਿਡ ਫਾਰਮ ਚ ਜਿਹੜਾ ਹੁੰਦਾ ਹੈ ਨਾ, ਤੁਸੀਂ ਕੂੜਾ ਕਰਕਟ ਵਗੈਰਾ ਜਾਂ ਹੈ ਨਾ ਕਚਰਾ ਵਗੈਰਾ ਸੁੱਟ ਦਿਓ, ਠੀਕ ਹੈ, ਉਹਨੂੰ ਬੋਲਦੇ ਆ ਉਹ ਸੋਲਿਡ ਵੇਸਟ ਹੁੰਦਾ। ਅੱਗੇ ਜਿਵੇਂ ਅਸੀਂ ਮਿਊਨਿਸਿਪਲ ਇਹਦੀ ਅੱਗੇ ਕੈਟੇਗਰੀਜ਼ ਹੁੰਦੀਆਂ, ਇੰਡਸਟਰੀ ਵਾਲਾ ਹੋ ਗਿਆ, ਐਗਰੀਕਲਚਰ, ਮੈਡੀਕਲ ਵਾਲਾ, ਮਾਈਨਿੰਗ ਵੇਸਟ ਹੋ ਗਿਆ, ਸੀਵੇਜ ਵਾਲਾ ਵੇਸਟ ਹੋ ਗਿਆ, ਜਾਂ ਸੀਵੇਜ ਸਲੱਜ ਵੀ ਬੋਲ ਸਕਦੇ ਹੋ, ਠੀਕ ਹੈ। ਇਹ ਸਾਰੇ ਤੁਹਾਡੀਆਂ ਕੀ ਹੈ, ਕੈਟੇਗਰੀਜ਼, ਕੈਟੇਗਰੀਜ਼ ਕਿਹਦੀ ਹੈ, ਆਫ ਸੋਲਿਡ ਵੇਸਟ। ਦੇਖੋ ਨੈਕਸਟ ਹੈ, ਵਟ ਆਰ ਦਾ ਸੋਰਸਿਸ ਆਫ ਅਰਬਨ ਐਂਡ ਇੰਡਸਟਰੀਅਲ ਵੇਸਟ। ਹੁਣ ਦੇਖੋ ਵੇਸਟ ਤੁਹਾਡਾ ਇੱਕ ਤਾਂ ਮਤਲਬ ਇਹਦੇ ਕਾਜ਼ਿਜ਼ ਜਾਂ ਸੋਰਸਿਸ ਕੀ ਹੈ, ਕਿੱਥੋਂ ਇਹ ਕ੍ਰੀਏਟ ਹੁੰਦਾ ਹੈ ਵੇਸਟ। ਇੱਕ ਤਾਂ ਅਰਬਨ, ਅਰਬਨ ਮਤਲਬ ਜਿਹੜੀਆਂ ਤੁਹਾਡੀਆਂ ਸਿਟੀਜ਼ ਹੁੰਦੀਆਂ, ਠੀਕ ਹੈ, ਉੱਥੋਂ ਜੇ ਤੁਹਾਨੂੰ ਵੇਸਟ ਮਿਲਦਾ ਹੈ ਸੋਲਿਡ ਵੇਸਟ, ਇੱਕ ਇੰਡਸਟਰੀਜ਼ ਵਗੈਰਾ ਚੋਂ, ਠੀਕ ਹੈ। ਅਰਬਨ ਵੇਸਟ ਵਿੱਚ ਕੀ ਆ ਜਾਂਦਾ ਹੈ, ਮੈਡੀਕਲ ਵੇਸਟ ਆ ਜਾਂਦਾ, ਜਿਵੇਂ ਹੋਸਪਿਟਲ ਚੋਂ ਲੋਕ ਗੰਦਗੀ ਬਾਹਰ ਸੁੱਟ ਦਿੰਦੇ ਹੈ। ਮਿਊਨਿਸਿਪਲ ਸੋਲਿਡ ਵੇਸਟ ਹੁੰਦਾ ਹੈ, ਜਿਵੇਂ ਘਰਾਂ ਵਗੈਰਾ ਚੋਂ, ਆਫਿਸ ਚੋਂ, ਮਾਰਕੀਟ ਚੋਂ, ਹੈ ਨਾ, ਤੇ ਛੋਟੀਆਂ ਜਿਹੜੀਆਂ ਕਾਟੇਜ ਇੰਡਸਟਰੀਜ਼ ਚੋਂ। ਹਾਰਟੀਕਲਚਰ ਵੇਸਟ ਕਿਹੜਾ ਹੁੰਦਾ, ਜਿਵੇਂ ਆ ਪਲਾਂਟਸ ਵਗੈਰਾ ਦੇ ਪੱਤੇ ਵਗੈਰਾ ਡਿੱਗੇ ਹੁੰਦੇ, ਗਾਰਡਨ ਵਗੈਰਾ, ਔਰਚਰਡ ਚ, ਹੈ ਨਾ, ਉਹ ਵਾਲੇ ਜਿਹੜੇ ਹੁੰਦੇ ਆ, ਉਹ ਵੀ ਇੱਕ ਵੇਸਟ ਹੈ, ਉਹਨੂੰ ਹਾਰਟੀਕਲਚਰ ਵੇਸਟ ਬੋਲਦੇ ਆ। ਦੇਖੋ ਫਸਟ ਹੈਗਾ ਵੇਸਟ ਫਰੋਮ ਹੋਮ, ਹੁਣ ਹੋਮ ਤੋਂ ਕਿਹੜਾ ਵੇਸਟ ਹੋਏਗਾ, ਇਹਨੂੰ ਡੋਮੈਸਟਿਕ ਵੇਸਟ ਬੋਲਦੇ ਆ। ਵਰਾਇਟੀ ਆਫ ਡਿਸਕਾਰਡਡ ਮਟੀਰੀਅਲ ਹੁੰਦਾ, ਜਿਹੜੇ ਆਪਾਂ ਚੀਜ਼ਾਂ ਘਰਾਂ 'ਚ ਵੇਸਟ ਹੁੰਦੀਆਂ ਉਹਨਾਂ ਨੂੰ ਆਪਾਂ ਸਿੱਟ ਦਿੰਦੇ ਹਾਂ। ਪੋਲੀਥੀਨ ਬੈਗਸ ਹੁੰਦੇ ਆ ਜਿਹੜੇ, ਦੇਖੋ ਪਲਾਸਟਿਕ ਬੈਗਸ, ਠੀਕ ਹੈ, ਇਹ ਕੀ ਹੈ, ਡੀਕੰਪੋਜ਼ ਵੀ ਨਹੀਂ ਹੁੰਦੇ ਗੇ, ਨਾਟ ਡੀਕੰਪੋਜ਼, ਠੀਕ ਹੈ, ਡੀਕੰਪੋਜ਼ ਹੀ ਨਹੀਂ ਹੋ ਰਹੇ, ਠੀਕ ਹੈ, ਨਾਨ ਬਾਇਓਡੀਗ੍ਰੇਡੇਬਲ ਹੁੰਦੇ ਆ, ਤਾਂ ਇਹਨਾਂ ਨੂੰ ਸੁੱਟਣਾ ਕੀ ਹੈ, ਏਦਾਂ ਨਹੀਂ ਸੁੱਟਣਾ ਚਾਹੀਦਾ, ਠੀਕ ਹੈ। ਐਮਟੀ ਮੈਟਲਸ ਵਗੈਰਾ ਹੋ ਗਏ, ਕੈਨਸ ਹੋ ਗਈਆਂ, ਕਈ ਵਾਰੀ ਹੁੰਦਾ ਆਪਾਂ ਖਾਲੀ ਕੈਨਸ ਏਦਾਂ ਹੀ ਸੁੱਟ ਦਿੰਦੇ ਹਾਂ, ਬੋਟਲਸ ਹੁੰਦੀਆਂ ਪਲਾਸਟਿਕ, ਹੈ ਨਾ, ਜਿਵੇਂ ਮਿਨਰਲ ਵਾਟਰ ਵਾਲੀਆਂ ਬੋਟਲਸ ਹੁੰਦੀਆਂ, ਹੈ ਨਾ, ਉਹ ਵੀ ਏਦਾਂ ਹੀ ਸੁੱਟੀਆਂ ਹੁੰਦੀਆਂ, ਮਿਨਰਲ ਵਾਟਰ ਬੋਟਲਸ, ਠੀਕ ਹੈ, ਉਹ ਵੀ ਤੁਸੀਂ ਕੀ ਹੈ, ਪਾਣੀ ਪੀਣ ਤੋਂ ਬਾਅਦ ਏਦਾਂ ਹੀ ਸੁੱਟ ਦਿੰਦੇ ਹੋ, ਠੀਕ ਹੈ, ਉਹ ਏਦਾਂ ਨਹੀਂ ਕਰਨਾ ਚਾਹੀਦਾ। ਵੇਸਟ ਜਿਹੜੇ ਕਲੋਥਸ ਹੈ, ਫੂਡ ਵੇਸਟੇਜ, ਉਹ ਏਦਾਂ ਸੁੱਟ ਦਿੰਦੇ ਆ, ਇਹ ਸਾਰਾ ਵੇਸਟੇਜ ਆਪਣੇ ਘਰਾਂ ਚੋਂ ਆਉਂਦਾ ਹੈ, ਠੀਕ ਹੈ। ਤਾਂ ਇਹਨਾਂ ਨੂੰ ਪ੍ਰੋਪਰਲੀ ਕੀ ਹੈ, ਹੈਂਡਲ ਕਰਨਾ ਚਾਹੀਦਾ, ਏਦਾਂ ਨਹੀਂ ਸੁੱਟਣਾ ਚਾਹੀਦਾ। ਵੇਸਟ ਫਰੋਮ ਸ਼ੋਪਸ, ਠੀਕ ਹੈ, ਨੈਕਸਟ ਸ਼ੋਪਸ ਤੋਂ, ਸ਼ੋਪਸ ਦੇ ਵਿੱਚ ਕੀ ਹੁੰਦੇ, ਵੇਸਟ ਪੇਪਰ ਹੈ, ਮੰਨ ਲਓ ਕੋਈ ਬੁੱਕ ਸ਼ਾਪ ਹੀ ਹੈ, ਠੀਕ ਹੈ, ਉਹਨੂੰ ਉੱਥੇ ਤਾਂ ਤੁਹਾਨੂੰ ਕਿਹੜਾ ਹੋਰ ਵੇਸਟ ਮਿਲਣਾ, ਉਹ ਤਾਂ ਪੇਪਰ ਰਿਲੇਟਡ ਹੀ ਮਿਲੂਗਾ, ਹੈ ਨਾ। ਪੈਕਿੰਗ ਮਟੀਰੀਅਲ ਹੁੰਦਾ, ਪੈਕਿੰਗ ਵਾਲੇ ਵੀ ਕਈ ਵਾਰੀ ਆਪਾਂ ਕੋਈ ਪੈਕਿੰਗ ਓਪਨ ਕਰਦੇ ਹਾਂ, ਉਹ ਚੀਜ਼ ਵੀ ਆਪਾਂ ਏਦਾਂ ਹੀ ਥਰੋ ਕਰ ਦਿੰਦੇ ਹਾਂ। ਕੈਨਸ, ਬੋਟਲਸ, ਪੋਲੀਥੀਨ ਬੈਗਸ, ਪੀਨਟ ਸ਼ੈਲਸ, ਐਗ ਸ਼ੈਲ, ਠੀਕ ਹੈ, ਟੀ ਲੀਵਸ, ਇਹ ਸਾਰੇ ਕੀ ਹੈ, ਜੇ ਮੰਨ ਲਓ ਕੋਈ ਖਾਣ ਪੀਣ ਵਾਲੀ ਸ਼ੋਪ ਹੈਗੀ ਹੈ ਨਾ, ਉੱਥੋਂ ਜਿਹੜੇ ਹੁੰਦੇ ਆ, ਉੱਥੋਂ ਤਾਂ ਕੁਛ ਵੀ ਹੈ, ਜਿਵੇਂ ਪੈਕਿੰਗ ਮਟੀਰੀਅਲ ਵਗੈਰਾ ਵੀ ਮਿਲ ਸਕਦਾ ਨਾ, ਜਿਵੇਂ ਐਗ ਸ਼ੈਲਸ ਹੋ ਗਏ, ਉਹ ਵੀ ਆਪਾਂ ਏਦਾਂ ਹੀ ਸੁੱਟ ਦਿੰਦੇ ਹਾਂ। ਬਾਇਓ ਮੈਡੀਕਲ ਵੇਸਟ ਦੇਖੋ ਕੀ ਹੁੰਦਾ, ਐਨਾਟੋਮਿਕਲ ਵੇਸਟ, ਪੈਥੋਲੋਜੀਕਲ ਵੇਸਟ ਐਂਡ ਇਨਫੈਕਸ਼ੀਅਸ ਵੇਸਟ, ਹੈ ਨਾ। ਬਾਇਓ ਮੈਡੀਕਲ ਮਤਲਬ ਜਿਹੜੇ ਕਿ ਤੁਹਾਡੇ ਮੈਡੀਕਲ ਦੇ ਨਾਲ ਹੀ ਰਿਲੇਟਡ ਹੁੰਦੇ ਆ, ਹੈ ਨਾ, ਉਹ ਮਤਲਬ ਕੀ ਹੁੰਦਾ, ਜਿਵੇਂ ਦੇਖੋ ਕੋਈ ਹੋਸਪਿਟਲ ਹੈ, ਉਹਦੇ ਚੋਂ ਕੁਛ ਵੀ ਸਿੱਟਿਆ ਹੋਇਆ ਵੀ ਵੇਸਟ ਏਦਾਂ ਹੀ ਸੁੱਟ ਦਿੰਦੇ ਆ। ਉੱਥੇ ਦੇਖੋ ਕਿੰਨੀਆਂ ਮਤਲਬ ਡਿਜ਼ੀਜ਼ ਵਾਲੇ ਪਰਸਨ ਆਉਂਦੇ ਆ, ਉਹ ਚੀਜ਼ਾਂ ਕੀ ਹੈ, ਸਪੈਸ਼ਲੀ ਧਿਆਨ ਦੇਣਾ ਚਾਹੀਦਾ, ਏਦਾਂ ਨਹੀਂ ਸੁੱਟਣੀਆਂ ਚਾਹੀਦੀਆਂ। ਕੰਸਟਰਕਸ਼ਨ ਐਂਡ ਡੈਮੋਲਿਸ਼ਨ ਵੇਸਟ ਹੁੰਦਾ, ਡੈਬਰੀਜ਼ ਐਂਡ ਰਬਲਸ ਐਂਡ ਵੁੱਡ ਐਂਡ ਕੋਨਕ੍ਰੀਟ, ਮਤਲਬ ਇਹ ਉਹ ਵਾਲਾ ਹੁੰਦਾ ਜਿਵੇਂ ਕੁਛ ਕੰਸਟਰਕਸ਼ਨ ਦਾ ਜਿੱਥੇ ਕੰਮ ਹੋ ਰਿਹਾ ਹੈ ਨਾ, ਉਹਦੇ ਚੋਂ ਕੋਈ ਚੀਜ਼ਾਂ ਬਚ ਜਾਂਦੀਆਂ, ਵੁੱਡ ਵਗੈਰਾ, ਕੋਨਕ੍ਰੀਟ, ਉਹ ਏਦਾਂ ਹੀ ਸੁੱਟ ਦਿੰਦੇ ਆ, ਹੈ ਨਾ। ਜਿਵੇਂ ਬ੍ਰਿਕਸ ਵਗੈਰਾ ਬਚ ਗਈਆਂ, ਉਹਨਾਂ ਨੂੰ ਵੀ ਏਦਾਂ ਹੀ ਸੁੱਟ ਦਿੰਦੇ ਆ, ਫੇਂਕ ਦਿੰਦੇ ਆ, ਹੈ ਨਾ। ਉੱਥੋਂ ਉਹ ਚੀਜ਼ ਕੀ ਹੁੰਦੀ ਹੈ, ਤੁਹਾਡਾ ਕੰਸਟਰਕਸ਼ਨ ਵੇਸਟ ਹੁੰਦਾ। ਹਾਰਟੀਕਲਚਰ ਵੇਸਟ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਵੇਸਟ ਫਰੋਮ ਸਲੋਟਰ ਹਾਊਸਿਸ,
ਹਨਾ, ਉੱਥੇ ਵੀ ਜਿਹੜਾ ਹੁੰਦਾ ਸਲੋਟਰ ਹਾਊਸਿਸ, ਮਤਲਬ ਜਿੱਥੇ ਐਨੀਮਲਸ ਵਗੈਰਾ ਨੂੰ ਕੱਟਦੇ ਆ ਹਨਾ, ਉਹ ਚੀਜ਼ ਤੁਸੀਂ ਕਹਿ ਸਕਦੇ ਹੋ ਸਲੋਟਰ ਹਾਊਸਿਸ ਹੁੰਦੇ ਆ, ਜਿਵੇਂ ਵੈਜੀਟੇਬਲ ਪਾਰਟਸ ਹੋ ਗਏ ਹਨਾ, ਤੇ ਰੈਜ਼ੀਡਿਊ ਜੋ ਬਚ ਗਿਆ ਚੀਜ਼ਾਂ ਰਿਮੇਨਸ, ਜਿਵੇਂ ਐਨੀਮਲਸ ਵਗੈਰਾ ਨੂੰ ਕੱਟਿਆ ਜਾਂਦਾ ਹੁੰਦੇ ਆ, ਜਿਹੜਾ ਵੇਸਟ ਬਾਕੀ ਬਚ ਜਾਂਦਾ ਹਨਾ, ਜਿਵੇਂ ਤੁਸੀਂ ਮੀਟ ਵਗੈਰਾ ਬਣਾਉਂਦੇ ਹੋ ਹਨਾ, ਉਹ ਤਾਂ ਤੁਹਾਨੂੰ ਇਨਸਾਈਡ ਪਾਰਟ ਹੀ ਮਤਲਬ ਉਹਨੂੰ ਬਣਾ ਕੇ ਖਾਂਦੇ ਹੋ, ਬਟ ਜਿਹੜਾ ਆਊਟਰ ਪਾਰਟ ਆ ਉਹਨੂੰ ਏਦਾਂ ਹੀ ਉਹ ਸੁੱਟ ਦਿੰਦੇ ਆ, ਠੀਕ ਹੈ, ਤਾਂ ਉੱਥੇ ਵੀ ਕਾਫੀ ਵੇਸਟੇਜ ਹੁੰਦਾ, ਤਾਂ ਉਹਨਾਂ ਚੀਜ਼ਾਂ ਨੂੰ ਕੀ ਹੈ ਇੰਨਾ ਨਹੀਂ ਸੁੱਟਣਾ ਚਾਹੀਦਾ, ਠੀਕ ਹੈ, ਇਹਦੇ ਨਾਲ ਕਾਫੀ ਡਿਜ਼ੀਜ਼ ਕ੍ਰੀਏਟ ਹੁੰਦੇ। ਦੇਖੋ ਤੁਸੀਂ ਆ ਪਿਕਚਰ ਹੀ ਦੇਖ ਸਕਦੇ ਹੋ, ਠੀਕ ਹੈ, ਇਸ ਪਿਕਚਰਸ ਦੇ ਵਿੱਚ ਦੇਖੋ ਆ ਸਾਰਾ ਜੋ ਵੀ ਕੀ ਹੈ ਇਹ ਇੱਕ ਵੇਸਟ ਹੀ ਸੁੱਟਿਆ ਹੋਇਆ, ਮਤਲਬ ਇਹ ਉਹਨਾਂ ਨੇ ਕਿਸੇ ਸਿਟੀ ਦਾ ਹੀ ਸ਼ੋ ਕੀਤਾ ਹੋਇਆ। ਸਿਟੀਜ਼ ਵਿੱਚ ਕੀ ਹੁੰਦਾ ਹੈ, ਮਤਲਬ ਸਿਟੀਜ਼ ਦੇ ਵਿੱਚੋਂ ਤਾਂ ਲੈ ਜਾਂਦੇ ਆ ਵੇਸਟੇਜ ਹਨਾ, ਚੱਕ ਕੇ ਉਹ ਕੀ ਕਰਦੇ ਉਸ ਸ਼ਹਿਰ ਦੇ ਨੇੜੇ ਹੀ ਜਾ ਕੇ ਕਿਤੇ ਸਾਰਾ ਇਹ ਵੇਸਟੇਜ ਕੀ ਆ ਸੁੱਟ ਦਿੰਦੇ ਆ, ਠੀਕ ਹੈ, ਤਾਂ ਇਹ ਚੀਜ਼ ਵੀ ਸਹੀ ਨਹੀਂ ਹੈ ਕਿਉਂਕਿ ਇੱਥੋਂ ਕਾਫੀ ਡਿਜ਼ੀਜ਼ ਕ੍ਰੀਏਟ ਹੋ ਸਕਦੀਆਂ ਹਨਾ, ਇਹ ਨਹੀਂ ਪਤਾ ਕਿਹੜੀ ਬਿਮਾਰੀ ਕਦੋਂ ਕ੍ਰੀਏਟ ਹੋ ਜੇ ਹਨਾ, ਉਹ ਸਾਰੇ ਕੀ ਹੈ ਇਸ ਵੇਸਟੇਜ ਤੋਂ ਹੀ ਕ੍ਰੀਏਟ ਹੁੰਦੀ ਹੈ। ਅਰਬਨ ਸੋਲਿਡ ਵੇਸਟ ਮਟੀਰੀਅਲ ਜਿਹੜਾ ਹੁੰਦਾ ਹੈ, ਮੰਨ ਲਓ ਇਹਦੇ ਵਿੱਚ ਕੁਝ ਵੇਸਟ ਏਦਾਂ ਦਾ ਹੁੰਦਾ ਜਿਹੜਾ ਡੀਗ੍ਰੇਡ ਹੋ ਜਾਂਦਾ ਹੈ, ਮਾਈਕਰੋ ਆਰਗੇਨਿਜ਼ਮਸ ਮਤਲਬ ਇਹਨੂੰ ਖਾ ਜਾਂਦੇ ਹੈ, ਠੀਕ ਹੈ, ਉਹ ਤਾਂ ਹੋ ਗਿਆ ਬਾਇਓਡੀਗ੍ਰੇਡੇਬਲ ਵੇਸਟ ਹਨਾ, ਉਹਨਾਂ ਦੀ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਹਨਾ, ਬਟ ਕਈ ਵੇਸਟ ਇਹੋ ਜਿਹਾ ਹੁੰਦਾ ਜਿਵੇਂ ਪਲਾਸਟਿਕ ਵਗੈਰਾ, ਠੀਕ ਹੈ, ਉਹ ਤਾਂ ਡੀਕੰਪੋਜ਼ ਹੁੰਦਾ ਹੀ ਨਹੀਂ, ਫਿਰ ਉਹ ਆਪਣੇ ਲਈ ਕੀ ਹਾਰਮਫੁਲ ਹੈ, ਉਹ ਚੀਜ਼ਾਂ ਥੋੜੀਆਂ ਦੀ ਕੀ ਹੈ ਉਹਨਾਂ ਨੂੰ ਡਿਸਪੋਜ਼ ਕਰੋ ਜਾਂ ਕੁਝ ਵੀ ਕਰੋ, ਬਟ ਇਹਨੂੰ ਏਦਾਂ ਨਾ ਫੇਂਕੋ, ਠੀਕ ਹੈ, ਜਿਵੇਂ ਵੈਜੀਟੇਬਲ ਵੇਸਟ ਹੋ ਗਿਆ, ਕੋਈ ਤੁਸੀਂ ਪਹਿਲਾਂ ਦਾ ਖਾਣਾ ਰੱਖਿਆ ਹੋਇਆ ਹਨਾ, ਇਹ ਸਾਰੀਆਂ ਚੀਜ਼ਾਂ ਕੀ ਹੈ ਤੁਹਾਡੀਆਂ ਬਾਇਓਡੀਗ੍ਰੇਡੇਬਲ ਹੈਗੀਆਂ। ਵੇਸਟ ਦੈਟ ਕੈਨੋਟ ਬੀ ਡੀਗ੍ਰੇਡਡ ਬਾਈ ਮਾਈਕਰੋ ਆਰਗੇਨਿਜ਼ਮਸ, ਜਿਨ੍ਹਾਂ ਨੂੰ ਖਾ ਨਹੀਂ ਸਕਦੇ ਹਨਾ, ਉਹ ਨੋਨ ਬਾਇਓਡੀਗ੍ਰੇਡੇਬਲ ਹੁੰਦਾ ਹੈ, ਜਿਵੇਂ ਪੋਲੀਥੀਨ ਬੈਗਸ ਹੈ, ਠੀਕ ਹੈ, ਇਹਨੂੰ ਮਾਈਕਰੋ ਆਰਗੇਨਿਜ਼ਮਸ ਨਹੀਂ ਖਾ ਸਕਦੇ ਹਨਾ, ਕੋਈ ਮੈਟਲ ਹੋ ਗਈ, ਮੈਟਲ ਦੇਖੋ ਜਿਵੇਂ ਸਟੀਲ ਹੋ ਗਈ, ਸਟੀਲ ਨੂੰ ਤਾਂ ਕੀ ਹੈ ਉਹ ਐਜ਼ ਇਟ ਇਜ਼ ਹੀ ਬਈ ਰਹੇਗੀ, ਉਹਨੂੰ ਤੁਸੀਂ ਫੇਂਕਤਾ, ਠੀਕ ਹੈ, ਤਾਂ ਜਿਵੇਂ ਗਲਾਸ ਬੋਟਲਸ ਹੋ ਗਈਆਂ, ਠੀਕ ਹੈ, ਇਹ ਕੀ ਹੈ ਨੋਨ ਬਾਇਓਡੀਗ੍ਰੇਡੇਬਲ ਹੈਗੀਆਂ। ਨੈਕਸਟ ਹੈ ਇੰਡਸਟਰੀਅਲ ਵੇਸਟ ਹਨਾ, ਇਹ ਤੁਹਾਨੂੰ ਪਹਿਲਾਂ ਵੀ ਮੈਂ ਕਈ ਵਾਰ ਦੱਸ ਚੁੱਕੀ ਹਾਂ ਕਿ ਇੰਡਸਟਰੀਅਲ ਵੇਸਟ ਵਿੱਚ ਕੀ ਲਾਰਜ ਨੰਬਰ ਆਫ ਮਟੀਰੀਅਲਸ ਆ ਜਾਂਦੇ ਆ ਹਨਾ, ਜਿਵੇਂ ਫੈਕਟਰੀ ਵਾਲਾ ਰਬਿਸ਼ ਹੋ ਗਿਆ, ਪੈਕੇਜਿੰਗ ਮਟੀਰੀਅਲ ਵੀ ਹੁੰਦਾ ਹੈ ਇੰਡਸਟਰੀਅਲ ਵੇਸਟ ਹਨਾ, ਇਹ ਡਿਪੈਂਡ ਕਰਦਾ ਹੈ ਕਿ ਉਹ ਕਿਸ ਚੀਜ਼ ਦੀ ਮਤਲਬ ਇੰਡਸਟਰੀ ਹੈਗੀ ਆ, ਉੱਥੋਂ ਉਸ ਟਾਈਪ ਦਾ ਹੀ ਤੁਹਾਨੂੰ ਕੀ ਹੈ ਵੇਸਟ ਮਿਲੂਗਾ, ਠੀਕ ਹੈ, ਔਰਗੈਨਿਕ ਵੇਸਟ ਹੋ ਸਕਦਾ ਹੈ, ਐਸਿਡ ਬੇਸ ਮੈਟਲਸ ਹੋ ਗਈਆਂ, ਠੀਕ ਹੈ, ਕਈ ਵਾਰੀ ਇਹਨਾਂ ਵਿੱਚ ਕੋਈ ਟੌਕਸਿਕ ਮਟੀਰੀਅਲਸ ਵੀ ਹੁੰਦੇ ਆ ਜਿਹੜੇ ਆਪਣੇ ਲਈ ਹਾਰਮਫੁਲ ਹੁੰਦੇ ਆ। ਹੁਣ ਇਹਦੇ ਸੋਰਸਿਸ ਕੀ ਹੈ ਇੰਡਸਟਰੀਅਲ ਵੇਸਟ ਦੇ, ਜਿਵੇਂ ਇਹਨਾਂ ਵਿੱਚ ਕੀ ਹੈ ਕੁਝ ਕੈਮੀਕਲ ਇੰਡਸਟਰੀਜ਼ ਹੈ, ਉਹਨਾਂ ਚੋਂ ਤਾਂ ਕੈਮੀਕਲ ਹੀ ਬਾਹਰ ਆਊਗਾ, ਠੀਕ ਹੈ, ਕੁਝ ਇਲੈਕਟ੍ਰੋਨਿਕ ਇੰਡਸਟਰੀਜ਼ ਹੋ ਗਈਆਂ, ਮੈਟਲ ਐਂਡ ਮਿਨਰਲ ਹੋ ਗਈਆਂ, ਠੀਕ ਹੈ, ਇਹ ਸਾਰੇ ਜਿਵੇਂ ਰੇਡੀਓ ਐਕਟਿਵ ਵੇਸਟ ਹੈ ਉਹ ਕੋਈ ਨਿਊਕਲੀਅਰ ਪਾਵਰ ਪਲਾਂਟ ਚੋਂ ਹੀ ਆਊਗਾ ਹਨਾ, ਮਤਲਬ ਕਈ ਇੰਡਸਟਰੀਜ਼ ਹੁੰਦੀਆਂ, ਮੈਨੀ ਇੰਡਸਟਰੀਜ਼ ਕਹਿ ਸਕਦੇ ਹੋ, ਹਰ ਇੰਡਸਟਰੀ ਦਾ ਆਪਣਾ ਕੋਈ ਪਰਟੀਕੂਲਰ ਵੇਸਟ ਹੁੰਦਾ, ਠੀਕ ਹੈ, ਉਹ ਕੀ ਹੈ ਬਾਹਰ ਏਦਾਂ ਥਰੋ ਕਰ ਦਿੰਦੇ ਆ ਜੋ ਆਪਣੇ ਲਈ ਕੀ ਹੈ ਹਾਰਮਫੁਲ ਹੈ। ਨੈਕਸਟ ਟੌਪਿਕ ਹੈ ਵਟ ਆਰ ਦਾ ਇਫੈਕਟਸ, ਨੈਕਸਟ ਟੌਪਿਕ ਹੈ ਵਟ ਆਰ ਦਾ ਇਫੈਕਟਸ ਆਫ ਸੋਲਿਡ ਵੇਸਟ, ਠੀਕ ਹੈ, ਮਤਲਬ ਹੁਣ ਇਹਦਾ ਇਫੈਕਟ ਕੀ ਪੈਂਦਾ ਹੈ। ਦੇਖੋ ਮਿਊਨਿਸਿਪਲ ਸੋਲਿਡ ਵੇਸਟ ਹੁੰਦਾ ਹੀਪ ਅਪ ਔਨ ਦਾ ਰੋਡਸ ਹਨਾ, ਰੋਡਸ ਤੇ ਹੀ ਏਦਾਂ ਮਤਲਬ ਸੁੱਟ ਦਿੰਦੇ ਆ, ਢੇਰੀਆਂ ਵਗੈਰਾ ਲਗਾ ਦਿੰਦੇ ਆ, ਠੀਕ ਹੈ, ਮਤਲਬ ਉਹਨੂੰ ਕੀ ਇਮਪ੍ਰੋਪਰ ਡਿਸਪੋਜ਼ਲ ਸਿਸਟਮ ਹੁੰਦਾ ਉਹਨਾਂ ਦਾ ਹਨਾ, ਮਤਲਬ ਉਹਨੂੰ ਕਿਤੇ ਜਾ ਕੇ ਏਦਾਂ ਨੀ ਕਿ ਕਿਤੇ ਪ੍ਰੋਪਰਲੀ ਡਿਸਪੋਜ਼ ਕਰ ਦੇਣ ਹਨਾ, ਤਾਂ ਪੀਪਲ ਕੀ ਕਰਦੇ ਲੋਕ ਕਰਦੇ ਆਪਦੇ ਕੀ ਹੈ ਹਾਊਸਿਸ ਵਗੈਰਾ ਕਲੀਨ ਕਰਦੇ, ਐਂਡ ਕਈ ਵਾਰੀ ਹੁੰਦਾ ਸ਼ਹਿਰ ਤੋਂ ਬਾਹਰ ਕੀ ਹੈ ਉੱਥੇ ਸਾਰਾ ਜਿਹੜਾ ਵੇਸਟ ਹੈ ਇਕੱਠਾ ਕਰ ਦਿੰਦੇ ਆ, ਠੀਕ ਹੈ, ਉਹ ਇਹ ਨਹੀਂ ਸੋਚਦੇ ਕਿ ਏਦਾਂ ਜਦੋਂ ਬਾਹਰ ਸੁੱਟ ਦਿੰਦੇ ਆ ਜਾਂ ਫਿਰ ਉਹਦੇ ਨਾਲ ਕੀ ਹੈ ਸਾਰੇ ਲੋਕਾਂ ਨੂੰ ਦਿੱਕਤ ਆਊਗੀ, ਠੀਕ ਹੈ, ਮਤਲਬ ਕੋਈ ਉੱਥੇ ਕੀ ਹੁੰਦੀ ਹੈ ਜ਼ਿਆਦਾਤਰ ਕਈ ਤਰ੍ਹਾਂ ਦੇ ਇਨਫੈਕਸ਼ਸ ਦਾ ਇਨਫੈਕਸ਼ੀਅਸ ਜਿਹੜੇ ਆਰਗੇਨਿਜ਼ਮਸ ਹੈ ਉਹ ਜਨਮ ਲੈਣ ਲੱਗ ਜਾਂਦੇ ਆ, ਠੀਕ ਹੈ, ਉਹਦੇ ਨਾਲ ਕੀ ਹੈ ਫਿਰ ਕਈ ਕੀ ਹੈ ਡਿਜ਼ੀਜ਼ ਵਗੈਰਾ ਲੱਗਦੀਆਂ, ਠੀਕ ਹੈ, ਏਦਾਂ ਕੀ ਡਿਜ਼ੀਜ਼ ਕ੍ਰੀਏਟ ਹੁੰਦੀ ਹੈ। ਇਸ ਤੋਂ ਬੈਟਰ ਹੈ ਕਿ ਤੁਸੀਂ ਆਪਦਾ ਹਾਊਸ ਤਾਂ ਕਲੀਨ ਕਰ ਰਹੇ ਹੋ, ਬਟ ਇਹ ਨਹੀਂ ਕਿ ਤੁਸੀਂ ਰੋਡ ਤੇ ਉਸ ਚੀਜ਼ ਨੂੰ ਸੁੱਟ ਦਿਓ, ਠੀਕ ਹੈ, ਤਾਂ ਪ੍ਰੋਪਰਲੀ ਇਹ ਚੀਜ਼ ਸ਼ਹਿਰ ਤੋਂ ਬਾਹਰ ਲੈ ਜਾ ਕੇ ਉਹਨੂੰ ਕਿਤੇ ਜਗ੍ਹਾ ਤੇ ਉਹਨੂੰ ਦਫਨਾ ਦਿਓ ਜਾਂ ਫਿਰ ਉਹਨੂੰ ਡਿਸਪੋਜ਼ ਕਰੋ ਪ੍ਰੋਪਰਲੀ, ਠੀਕ ਹੈ। ਨੈਕਸਟ ਹੈ ਇੰਡਸਟਰੀਅਲ ਜਿਹੜਾ ਸੋਲਿਡ ਵੇਸਟ ਹੁੰਦਾ ਹੈ
ਉਹ ਤਾਂ ਦੱਸਿਆ ਹੀ ਸੀ ਮੈਂ ਤੁਹਾਨੂੰ ਉਹਦੇ ਸੋਰਸ ਕੀ ਹੁੰਦੇ ਜਿਵੇਂ ਟੌਕਸਿਕ ਮੈਟਲਸ ਜਾਂ ਹੁੰਦਾ ਹੈ ਉਹਦੇ ਵਿੱਚ ਕੁਛ ਮਤਲਬ ਇਦਾਂ ਦੇ ਵੇਸਟ ਹੁੰਦਾ ਹੈ ਜੋ ਕਿ ਇਹਨਾਂ ਵਿੱਚ ਕੁਛ ਜ਼ਹਿਰੀਲੇ ਤੱਤ ਹੁੰਦੇ ਹੈ ਸਪਰੈਡ, ਉਹਨੂੰ ਵੀ ਤੁਸੀਂ ਕਿਹਾ ਲੈਂਡ ਵਗੈਰਾ ਤੇ ਇਦਾਂ ਹੀ ਇੰਡਸਟਰੀਜ਼ ਵਾਲੇ ਕੀ ਕਰਦੇ ਆ ਇਦਾਂ ਹੀ ਸੁੱਟ ਦਿੰਦੇ ਆ ਬਾਹਰ, ਠੀਕ ਹੈ, ਸੋਇਲ ਪੋਲਿਊਸ਼ਨ ਕ੍ਰੀਏਟ ਕਰਦੇ ਆ ਇਹਦੇ ਨਾਲ ਕੀ ਹੈ ਵਿੱਚ ਕੈਨ ਕੋਜ਼ ਚੇਂਜਸ ਇਨ ਫਿਜ਼ੀਓ ਕੈਮੀਕਲ ਐਂਡ ਬਾਇਓਲੋਜੀਕਲ ਫੀਚਰਸ ਐਂਡ ਇਫੈਕਟਿੰਗ ਪ੍ਰੋਡਕਟਿਵਿਟੀ। ਦੇਖੋ ਸੋਇਲ ਪੋਲਿਊਸ਼ਨ ਤਾਂ ਹੋਏਗਾ ਹੀ, ਉਹਨੇ ਨਾਲ ਕੀ ਹੈ ਸੋਇਲ ਫਰਟੀਲਿਟੀ ਮਤਲਬ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਹੈ ਉਹ ਵੀ ਘਟ ਜਾਏਗੀ, ਠੀਕ ਹੈ, ਜਿਹੜੇ ਟੌਕਸਿਕ ਸਬਸਟਾਂਸਿਸ ਹੁੰਦੇ ਇਸ ਵੇਸਟ ਦੇ ਵਿੱਚ ਉਹਦੇ ਨਾਲ ਕੀ ਹੈ ਉਹ ਕੀ ਹੈ ਗਰਾਊਂਡ ਵਾਟਰ 'ਚ ਵੀ ਜਾ ਸਕਦੇ ਆ, ਹੈ ਨਾ, ਜੇ ਆਪਾਂ ਤੁਹਾਨੂੰ ਕਿਹਾ ਸੀ ਮਾਈਨਿੰਗ ਵਗੈਰਾ ਕਰਦੇ ਹਾਂ, ਠੀਕ ਹੈ, ਜਾਂ ਆਪਾਂ ਵੈਲ ਵਗੈਰਾ ਵੀ ਪੁੱਟਦੇ ਹਾਂ, ਠੀਕ ਹੈ, ਮਤਲਬ ਕੋਈ ਖੂਹ ਵਗੈਰਾ ਪੁੱਟਦੇ ਹਾਂ, ਹੈ ਨਾ, ਉਸ ਥਰੂ ਕੀ ਹੈ ਗਰਾਊਂਡ ਵਾਟਰ ਵੀ ਆਪਣਾ ਕੰਟੈਮੀਨੇਟ ਹੋ ਜਾਂਦਾ ਹੈ, ਠੀਕ ਹੈ। ਇਨ ਰਿਫਿਊਜ ਮਿਕਸਿੰਗ ਦਾ ਹਜ਼ਾਰਡਸ ਵੇਸਟ ਆਰ ਮਿਕਸਡ ਵਿਦ ਗਾਰਬੇਜ, ਕਈ ਵਾਰੀ ਹੁੰਦਾ ਕਿ ਵੇਸਟ ਦੇ ਵਿੱਚ ਕੁਛ ਇੱਦਾਂ ਦਾ ਮਤਲਬ ਗਾਰਬੇਜ ਵੀ ਹੁੰਦਾ ਹੈ ਨਾ ਜਿਹੜਾ ਆਪਣੇ ਲਈ ਨੁਕਸਾਨਦੇਹ ਹੁੰਦਾ ਹੈ, ਤੇ ਜਿਵੇਂ ਕੁਛ ਕੰਬਸਟੀਬਲ ਵੇਸਟ ਹੁੰਦਾ ਹੈ ਨਾ ਮਤਲਬ ਜਿਹਨੂੰ ਕਿ ਅੱਗ ਵੀ ਲੱਗ ਸਕਦੀ ਹੈ, ਦਿਸ ਮੇਕਸ ਸੈਗਰੀਗੇਸ਼ਨ ਐਂਡ ਡਿਸਪੋਜ਼ਲ ਆਰ ਦਾ ਮੋਰ ਡਿਫੀਕਲਟ ਐਂਡ ਰਿਸਕੀ, ਉਹਨਾਂ ਚੀਜ਼ਾਂ ਨੂੰ ਡਿਸਪੋਜ਼ ਕਰਨਾ ਬਹੁਤ ਹੀ ਜ਼ਿਆਦਾ ਰਿਸਕੀ ਹੈ, ਹੈ ਨਾ। ਐਂਡ ਜਿਵੇਂ ਦੇਖੋ ਮੰਨ ਲਓ ਕਈ ਵਾਰੀ ਹੁੰਦਾ ਹੈ ਕ੍ਰੈਕਰਸ ਵਗੈਰਾ ਬਣਾਉਂਦੇ ਆ, ਹੈ ਨਾ, ਉਹਨਾਂ ਵਿੱਚ ਬਰੂਦ ਯੂਜ਼ ਹੁੰਦਾ ਹੈ ਨਾ, ਤਾਂ ਉਹ ਮੰਨ ਲਓ ਕੋਈ ਫੈਕਟਰੀ ਇਹੋ ਜਿਹੀ ਜਿਹੜੀ ਕ੍ਰੈਕਰਸ ਬਣਾ ਲਈ ਹੈ, ਬਟ ਕੁਛ ਬਰੂਦ ਕੀ ਐਜ ਏ ਵੇਸਟ ਉਹਨਾਂ ਨੇ ਐਵੇਂ ਸੁੱਟਦਾ ਬਾਹਰ, ਠੀਕ ਹੈ, ਤਾਂ ਉਹ ਆਪਣੇ ਲਈ ਕੀ ਹੈ ਡੇਂਜਰਸ ਹੈ, ਉਹਨੂੰ ਪ੍ਰੋਪਰਲੀ ਡਿਸਪੋਜ਼ ਕਰਨਾ ਚਾਹੀਦਾ ਹੈ ਨਾ। ਮੰਨ ਲਓ ਉਸ ਚੀਜ਼ ਨੂੰ ਜੇ ਉਹ ਕੰਬਸਟੀਬਲ ਵੇਸਟ ਹੈ ਨਾ, ਉਹਨੂੰ ਜੇ ਅੱਗ ਲੱਗ ਗਈ ਤਾਂ ਉਹਦੇ ਨਾਲ ਕੀ ਕਾਫੀ ਨੁਕਸਾਨ ਹੋ ਸਕਦਾ ਹੈ। ਹੋਰ ਵੀ ਕਈ ਵੇਸਟ ਹੁੰਦੇ ਜਿਵੇਂ ਕੈਨ, ਪੈਸਟੀਸਾਈਡਸ, ਹੈ ਨਾ, ਕੁਛ ਕਲੀਨਿੰਗ ਸੋਲਵੈਂਟਸ, ਬੈਟਰੀਜ਼ ਹੋ ਗਈਆਂ ਪੁਰਾਣੀਆਂ, ਹੈ ਨਾ, ਰੇਡੀਓ ਐਕਟਿਵ ਮਟੀਰੀਅਲ ਹੋ ਗਏ, ਇਹ ਸਾਰਾ ਕੀ ਹੈ ਤੁਹਾਡੀ ਮਤਲਬ ਵੇਸਟੇਜ ਦੇ ਵਿੱਚ ਆ ਜਾਂਦੇ ਆ। ਜਿਵੇਂ ਪਲਾਸਟਿਕਸ ਹੁੰਦੇ ਆ ਆਰ ਮਿਕਸਡ ਵਿਦ ਪੇਪਰ, ਹੈ ਨਾ, ਉਹਨਾਂ ਨੂੰ ਕਿਸੇ ਪੇਪਰ ਦੇ ਨਾਲ ਤੁਸੀਂ ਮਿਕਸ ਕਰ ਦਿਓ ਜਾਂ ਕਿਸੇ ਹੋਰ ਮਟੀਰੀਅਲ ਦੇ ਨਾਲ ਮਿਕਸ ਕਰਕੇ ਇਹਨੂੰ ਰੀਸਾਈਕਲ ਕਰ ਲਓ, ਹੈ ਨਾ। ਦੇਖੋ ਜਿਹੜੀਆਂ ਚੀਜ਼ਾਂ ਤਾਂ ਰੀਸਾਈਕਲ ਹੋ ਰਹੀ ਹੈ, ਠੀਕ ਹੈ, ਉਹ ਤਾਂ ਬੈਸਟ ਹੈ, ਠੀਕ ਹੈ, ਉਹਨਾਂ ਨੂੰ ਤੁਸੀਂ ਤੁਹਾਨੂੰ ਜ਼ਰੂਰ ਮਤਲਬ ਕੀ ਹੈ ਰੀਸਾਈਕਲ ਕਰਨਾ ਹੀ ਚਾਹੀਦਾ, ਠੀਕ ਹੈ। ਜਿਵੇਂ ਦੇਖੋ ਕੁਛ ਚੀਜ਼ਾਂ ਨੂੰ ਜੇ ਆਪਾਂ ਅੱਗ ਵੀ ਲਾਉਣੇ ਆ ਮਤਲਬ ਬਰਨ ਕਰਦੇ ਹਾਂ, ਉਹ ਪ੍ਰੋਡਿਊਸ ਕਰਦੀਆਂ ਡਾਈ ਆਕਸਿਨ ਜਿਹੜਾ ਨਾਮ ਦਾ ਕੰਪਾਊਂਡ ਬਣਾਉਂਦੀਆਂ, ਫਿਊਰੇਨਸ ਬਣਾਉਂਦੀਆਂ, ਪੋਲੀ ਕਲੋਰੀਨੇਟਡ ਬਾਏ ਫਿਨਾਇਲਸ ਬਣ ਜਾਂਦੇ ਆ, ਵਿਚ ਹੈਵ ਅ ਪੋਟੈਂਸ਼ੀਅਲ ਟੂ ਕੋਜ਼ ਵੇਰੀਅਸ ਟਾਈਪਸ ਆਫ ਏਲਮੈਂਟਸ, ਠੀਕ ਹੈ, ਇਨਕਲੂਡਿੰਗ ਕੈਂਸਰ, ਹੈ ਨਾ। ਮਤਲਬ ਦੇਖੋ ਕਈ ਚੀਜ਼ਾਂ ਨੂੰ ਆਪਾਂ ਬਰਨ ਕਰਦੇ ਹਾਂ, ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ, ਜਿਵੇਂ ਕਿਸੇ ਨੂੰ ਕੈਂਸਰ ਵੀ ਹੋ ਸਕਦਾ ਹੈ, ਠੀਕ ਹੈ। ਦੇਖੋ ਅੱਗੇ ਹੈ ਹਾਊ ਕੈਨ ਵੀ ਮੈਨੇਜ ਸੋਲਿਡ ਵੇਸਟ ਨੂੰ, ਹੁਣ ਤੁਸੀਂ ਮੈਨੇਜ ਕਿਵੇਂ ਕਰ ਸਕਦੇ ਹੋ, ਮੈਨੇਜ ਮਤਲਬ ਇਹਨੂੰ ਕੰਟਰੋਲ ਕਿਵੇਂ ਕਰੋਗੇ, ਠੀਕ ਹੈ, ਆਪਾਂ ਇਹਦੇ ਇਫੈਕਟ ਵੀ ਪੜ ਲਏ, ਹੁਣ ਆਪਾਂ ਇਹਦਾ ਕੰਟਰੋਲ ਦੇਖਾਂਗੇ ਕਿੱਦਾਂ ਮਤਲਬ ਕੀਤਾ ਜਾਂਦਾ ਹੈ। ਫੋਰ ਵੇਸਟ ਮੈਨੇਜਮੈਂਟ ਵੀ ਸਟ੍ਰੈਸ ਔਨ 3 Rs, ਦੇਖੋ ਇਹਨੂੰ ਮੈਨੇਜ ਕਰਨ ਦੇ ਲਈ 3 R ਹੁੰਦੇ ਹੈ, ਯੂਜ਼ ਕਰਦੇ ਹਾਂ ਆਪਾਂ 3 R ਸਿਸਟਮ, ਮਤਲਬ ਉਹਨੂੰ ਰਿਡਿਊਸ ਕਰੋ, ਰੀਯੂਜ਼ ਕਰੋ ਐਂਡ ਰੀਸਾਈਕਲ ਕਰੋ, ਘੱਟ ਤੋਂ ਘੱਟ ਉਸ ਚੀਜ਼ ਨੂੰ ਯੂਜ਼ ਕਰੋ, ਠੀਕ ਹੈ, ਉਹਨੂੰ ਬਾਰ ਬਾਰ ਕਰ ਲਓ ਯੂਜ਼, ਐਂਡ ਚਾਹੇ ਜੇ ਯੂਜ਼ ਕਰ ਰਹੇ ਹੋ ਤਾਂ ਉਸ ਵੇਸਟ ਨੂੰ ਤੁਸੀਂ ਰੀਸਾਈਕਲ ਕਰੋ, ਠੀਕ ਹੈ। ਤਾਂ ਫਸਟ ਦੇਖੋ ਇਹਦੇ ਵਿੱਚ ਰਿਡਕਸ਼ਨ ਇਨ ਯੂਜ਼ ਆਫ ਰੋ ਮਟੀਰੀਅਲ, ਠੀਕ ਹੈ, ਰੋ ਮਟੀਰੀਅਲ ਤੁਸੀਂ ਕੀ ਹੈ ਘੱਟ ਤੋਂ ਘੱਟ ਯੂਜ਼ ਕਰੋ, ਫਸਟ ਹੈ ਰਿਡਕਸ਼ਨ, ਰੀਯੂਜ਼ ਐਂਡ ਥਰਡ ਵਾਲੀ ਆਪਣੀ ਰੀਸਾਈਕਲ ਕੈਟੇਗਰੀ ਹੋਏਗੀ, ਮਤਲਬ 3 R। ਫਸਟ ਹੈ ਰਿਡਕਸ਼ਨ, ਦੇਖੋ ਰਿਡਕਸ਼ਨ ਇਨ ਦਾ ਯੂਜ਼ ਆਫ ਰੋ ਮਟੀਰੀਅਲ ਵਿਲ ਡਿਕਰੀਜ਼ ਇਨ ਦਾ ਪ੍ਰੋਡਕਸ਼ਨ, ਦੇਖੋ ਵੇਸਟ ਫਿਰ ਘੱਟ ਹੀ ਹੋਏਗਾ ਜੇ ਆਪਾਂ ਰੋ ਮਟੀਰੀਅਲ ਘੱਟ ਯੂਜ਼ ਕਰਾਂਗੇ, ਓਨਾ ਹੀ ਮਤਲਬ ਘੱਟ ਵੇਸਟ ਹੋਊਗਾ, ਹੈ ਨਾ, ਰਿਡਿਊਸਡ ਡਿਮਾਂਡ ਫੋਰ ਕਿਸੇ ਵੀ ਪ੍ਰੋਡਕਟ ਦੇ ਲਈ ਆਪਦੀ ਡਿਮਾਂਡ ਘੱਟ ਕਰ ਦਿਓ, ਹੈ ਨਾ, ਜਿਵੇਂ ਉਹਦੇ ਨਾਲ ਮਾਈਨਿੰਗ ਘੱਟ ਹੋਊਗੀ, ਵੇਸਟ ਵੀ ਕੀ ਹੈ ਘੱਟ ਹੋਊਗਾ। ਸੈਕਿੰਡ ਹੈ ਰੀਯੂਜ਼, ਰੀਯੂਜ਼ ਵਿੱਚ ਕੀ ਹੈ ਰੀਫਿਲੇਬਲ ਕੰਟੇਨਰਸ ਵਿੱਚ ਆਰ ਡਿਸਕਾਰਡਡ ਆਫਟਰ ਯੂਜ਼ ਕੈਨ ਬੀ ਰੀਯੂਜ਼, ਦੇਖੋ ਕਈ ਕੰਟੇਨਰ ਇਹੋ ਜਿਹੇ ਹੁੰਦੇ ਆ ਇੱਕ ਵਾਰੀ ਯੂਜ਼ ਕਰਕੇ ਉਹਨੂੰ ਕੀ ਥਰੂ ਕਰ ਦਿੰਦੇ, ਬਟ ਏਦਾਂ ਨਹੀਂ ਕਰਨਾ, ਉਹਨੂੰ ਦੁਬਾਰਾ ਫੇਰ ਤੁਸੀਂ ਕੀ ਹੈ ਉਸੇ ਨੂੰ ਰੀਯੂਜ਼ ਕਰੋ, ਠੀਕ ਹੈ। ਦੇਖੋ ਕੋਈ ਕੰਟੇਨਰ ਐਵੇਂ ਦੇ ਆ ਜੋ ਖਰਾਬ ਨਹੀਂ ਹੈ ਤਾਂ ਉਹਨੂੰ ਰੀਯੂਜ਼ ਕਰ ਲਓ, ਠੀਕ ਹੈ। ਵਿਲੇਜਰਸ ਮੇਕ ਕੈਜ਼ਰੋਲਸ ਐਂਡ ਸਾਈਲੋਸ ਫਰੋਮ ਵੇਸਟ ਪੇਪਰ, ਜਿਵੇਂ ਵਿਲੇਜਰਸ ਹੈ ਮਤਲਬ ਕੋਈ ਵੀ ਚੀਜ਼ ਤੁਸੀਂ ਇਹਦੀ ਐਗਜ਼ਾਮਪਲ ਦੇ ਦਿਓ, ਮਤਲਬ ਜਿਸ ਤੋਂ ਕਿ ਆਪਾਂ ਦੁਬਾਰਾ ਫਿਰ ਉਸ ਨੂੰ ਬਣਾ ਲਈਏ ਨਾ, ਮਤਲਬ ਕੋਈ ਬਾਕਸ ਹੈ ਜਾਂ ਕੋਈ ਕੈਨ ਹੈ, ਠੀਕ ਹੈ, ਉਹਨੂੰ ਤੁਸੀਂ ਹੋਰ ਪਰਪਸ ਲਈ ਰੀਯੂਜ਼ ਕਰ ਲਓ, ਠੀਕ ਹੈ। ਜਿਵੇਂ ਮੇਕਿੰਗ ਰਬਰ, ਰਬਰ ਦੀਆਂ ਰਿੰਗਸ ਬਣਾਈਆਂ ਜਾਂਦੀਆਂ ਜਿਵੇਂ ਸਾਈਕਲ ਟਿਊਬਸ ਤੋਂ,
ਠੀਕ ਹੈ, ਰਬਰ ਦੀਆਂ ਰਿੰਗਸ ਬਣਾ ਲਓ ਵਿਚ ਆਰ ਯੂਜ਼ਡ ਬਾਈ ਨਿਊਜ਼ਪੇਪਰ ਵੈਂਡਰਸ, ਯੂਜ਼ ਕਰਦੇ ਆ ਉਹਨੂੰ, ਹਨਾ, ਨਿਊਜ਼ਪੇਪਰ ਵੇਚਣ ਵਾਲੇ, ਠੀਕ ਹੈ, ਰਬਰਸ ਨੂੰ ਉਹ ਯੂਜ਼ ਕਰ ਸਕਦੇ ਆ, ਠੀਕ ਹੈ, ਰਬਰ ਬੈਂਡ ਬਣਾ ਲਓ, ਠੀਕ ਹੈ, ਇਦਾਂ ਕਰਕੇ ਉਸ ਚੀਜ਼ ਨੂੰ ਆਪਾਂ ਰੀਯੂਜ਼ ਕਰ ਸਕਦੇ ਹਾਂ, ਹਨਾ, ਰਿਡਕਸ਼ਨ ਵੀ ਕਰ ਲਈ, ਰੀਯੂਜ਼ ਵੀ ਕਰ ਲਿਆ, ਐਂਡ ਥਰਡ ਆਰ ਕੇ ਆ ਰੀਸਾਈਕਲ ਕਰਨਾ। ਰੀਸਾਈਕਲ ਕੀ ਆ, ਉਹਨੂੰ ਰੀਪ੍ਰੋਸੈਸ ਕਰਨਾ ਮਟੀਰੀਅਲ ਜੋ ਤੁਸੀਂ ਸੁੱਟਦਾ, ਹਨਾ, ਕੋਈ ਮੰਨ ਲਓ ਪੋਲੀਥੀਨ ਸੀਗਾ, ਠੀਕ ਹੈ, ਪੋਲੀਥੀਨ ਤੁਸੀਂ ਸੁੱਟਦਾ, ਉਹ ਕੀ ਹੈ, ਬਾਅਦ ਚ ਫਿਰ ਉਹਨਾਂ ਨੂੰ ਕਲੈਕਟ ਕੀਤਾ ਜਾਂਦਾ, ਉਹਨਾਂ ਨੂੰ ਕਲੈਕਟ ਕਰ ਲਓ ਜਿੱਥੇ ਲੋਕ ਫੇਂਕ ਰਹੇ ਆ, ਹਨਾ, ਕਿਸੇ ਵੇਸਟੇਜ ਤੋਂ, ਉਸਨੂੰ ਫਿਰ ਰੀਸਾਈਕਲ ਕਰਾਂਗੇ, ਉਹਨੂੰ ਰੀਸਾਈਕਲ ਕਰਕੇ ਦੁਬਾਰਾ ਫਿਰ ਉਹਦੇ ਪੋਲੀਥੀਨ ਬਣਾਏ ਜਾ ਸਕਦੇ ਆ ਨਾ, ਨਿਊ ਯੂਜ਼ਫੁਲ ਪ੍ਰੋਡਕਟ ਬਣਾ ਲਓ, ਜੇ ਦੁਬਾਰਾ ਉਹਦਾ ਪੋਲੀਥੀਨ ਨਹੀਂ ਬਣਾਉਣਾ, ਕੁਛ ਹੋਰ ਬਣਾਉਣ ਦੇ ਲਈ ਉਹਨੂੰ ਯੂਜ਼ ਕਰ ਸਕਦੇ ਹੋ, ਠੀਕ ਹੈ। ਜਿਵੇਂ ਆ ਦੇਖੋ, ਫਾਰਮੇਸ਼ਨ ਆਫ ਸਮ ਓਲਡ ਟਾਈਪ ਪ੍ਰੋਡਕਟਸ, ਹਨਾ, ਤੁਸੀਂ ਕੁਛ ਮਤਲਬ ਓਲਡ ਪ੍ਰੋਡਕਟਸ ਬਣਾ ਸਕਦੇ ਹੋ, ਜਿਵੇਂ ਓਲਡ ਐਲਮੀਨੀਅਮ ਕੇਨ ਬਣਾ ਲਓ, ਜਿਹੜੀਆਂ ਗਲਾਸ ਬੋਟਲਸ ਆ ਉਹਨਾਂ ਨੂੰ ਮੈਲਟ ਕਰ ਲਓ, ਮੈਲਟ ਕਰਕੇ ਉਹਦੀਆਂ ਨਵੀਆਂ ਕੇਨਸ ਬਣਾ ਲਓ, ਠੀਕ ਹੈ। ਜਿਵੇਂ ਆ ਸੀਗਾ ਪੋਲੀਥੀਨ ਸੀ, ਪੋਲੀਥੀਨ ਨੂੰ ਵੀ ਤੁਸੀਂ ਕੀ ਕਰ ਸਕਦੇ ਸੀ, ਮੈਲਟ ਕਰਕੇ ਤੇ ਨਿਊ ਪੋਲੀਥੀਨ ਬਣਾ ਲਓ, ਠੀਕ ਹੈ, ਇੱਦਾਂ ਤੁਸੀਂ ਕੀ ਆ ਨਿਊ ਪ੍ਰੋਡਕਟਸ ਬਣਾ ਸਕਦੇ ਹੋ, ਠੀਕ ਹੈ। ਇੱਦਾਂ ਹੀ ਤੁਸੀਂ ਪੇਪਰ ਹੈ, ਪੇਪਰ ਨੂੰ ਵੀ ਕੀ ਹੈ ਰੀਸਾਈਕਲ ਕਰ ਸਕਦੇ ਹੋ, ਚਾਹੇ ਫਿਊਲਸ ਬਣਾ ਰਹੇ ਹੋ, ਫਿਊਲਸ ਪੈਲੇਟਸ ਬਣਾ ਰਹੇ ਹੋ, ਮਤਲਬ ਕੁਛ ਹੋਰ ਚੀਜ਼ਾਂ ਬਣਾਉਣਾ ਚਾਹੁੰਦੇ ਹੋ, ਠੀਕ ਹੈ, ਕੰਸਟਰਕਸ਼ਨ ਮਟੀਰੀਅਲ ਰੀਸਾਈਕਲ ਕਰਨਾ ਉਹਨੂੰ ਕਰ ਸਕਦੇ ਹੋ, ਠੀਕ ਹੈ। ਜੇ ਆਪਾਂ ਤਿੰਨੋਂ ਆਰ ਏ ਯੂਜ਼ ਕਰਦੇ ਹਾਂ, ਰਿਡਕਸ਼ਨ, ਰੀਯੂਜ਼ ਐਂਡ ਰੀਸਾਈਕਲ ਨੂੰ, ਇਹਦੇ ਨਾਲ ਇੱਕ ਤਾਂ ਮਨੀ ਸੇਵ ਹੁੰਦੀ ਹੈ, ਇਹਦੀ ਐਡਵਾਂਟੇਜ ਹੈ, ਠੀਕ ਹੈ, ਇਹਦੇ ਨਾਲ ਕੀ ਹੈ ਪੈਸੇ ਦੀ ਬੱਚਤ ਹੋਏਗੀ, ਐਨਰਜੀ, ਹੁਣ ਤੁਹਾਨੂੰ ਬਾਰ ਬਾਰ ਉਹ ਚੀਜ਼ਾਂ ਕੀ ਹੈ ਦੇ ਤੇ ਇੰਨੀ ਲੇਬਰ ਨਹੀਂ ਲਾਣੀ ਪਏਗੀ, ਹਨਾ, ਮਤਲਬ ਉਹਦਾ ਅਰੇਂਜ ਨਹੀਂ ਕਰਨਾ ਪਏਗਾ ਹੋਰ ਰੋ ਮਟੀਰੀਅਲ ਦਾ, ਹਨਾ, ਮਤਲਬ ਇਹ ਚੀਜ਼ ਨਾਲ ਕੀ ਹੈ ਪੋਲਿਊਸ਼ਨ ਵੀ ਘੱਟ ਜੂਗਾ, ਠੀਕ ਹੈ, ਇਹ ਇਹਨਾਂ ਚੀਜ਼ਾਂ ਦਾ ਕੀ ਹੈ ਬੈਨੀਫਿਟ ਹੈਗਾ। ਨੈਕਸਟ ਹੈ ਫੋਰ ਡਿਸਕਾਰਡਿੰਗ, ਹਨਾ, ਜੇ ਤੁਸੀਂ ਇਹਨੂੰ ਡੀਕੰਪੋਜ਼ ਕਰਨਾ ਹੈ ਜਾਂ ਡਿਸਕਾਰਡ ਕਰਨਾ ਹੈ ਵੇਸਟ ਨੂੰ, ਇਹਦੇ ਲਈ ਮੈਥਡਸ ਹੈ। ਫਰਸਟ ਹੈ ਸੈਨੇਟਰੀ ਲੈਂਡਫਿਲ, ਮਤਲਬ ਉਹੀ ਹੋ ਗਿਆ ਨਾ, ਕਿਸੇ ਚੀਜ਼ ਨੂੰ ਤੁਸੀਂ ਨੀਚੇ ਦਫਨਾ ਦਿਓ, ਉਹਨਾਂ ਨੇ ਕਿਹਾ ਗਾਰਬੇਜ ਨੂੰ ਕੀ ਹੈ ਇੱਦਾਂ ਫੈਲਾ ਦਿਓ, ਠੀਕ ਹੈ, ਫੈਲਾਉਣ ਤੋਂ ਬਾਅਦ ਮਤਲਬ ਥਿਨ ਲੇਅਰਸ ਦੇ ਵਿੱਚ ਫੈਲਾਉਣ ਤੋਂ ਬਾਅਦ ਉਹਨੂੰ ਕੰਪੈਕਟ ਕਰ ਲਓ, ਮਤਲਬ ਇਦਾਂ ਇਕੱਠਾ ਕਰਕੇ ਇੱਕ ਤਰ੍ਹਾਂ, ਫਿਰ ਉਹਨੂੰ ਕਵਰ ਕਰ ਦੋ ਉੱਪਰ, ਕੋਈ ਪਲਾਸਟਿਕ ਦੀ ਫੋਮ ਚੜਾ ਦੋ ਉੱਪਰ, ਜਾਂ ਫਿਰ ਕੋਈ ਕਲੇ ਹਨਾ, ਕੁਛ ਮਿੱਟੀ ਵਗੈਰਾ ਇਹਦੇ ਉੱਪਰ ਸਿੱਟ ਦੋ, ਠੀਕ ਹੈ, ਇਹ ਹੁੰਦਾ ਤੁਹਾਡਾ ਸੈਨੇਟਰੀ ਲੈਂਡਫਿਲ। ਦੇਖੋ ਨੈਕਸਟ ਮੈਥਡ ਹੈਗਾ ਕੰਪੋਸਟਿੰਗ, ਹਨਾ, ਕੰਪੋਸਟਿੰਗ ਕੀ ਹੁੰਦਾ ਹੈ, ਮੰਨ ਲਓ ਹੁਣ ਆਪਣੇ ਕੋਲ ਲੈਂਡ ਫਿਲ ਇੰਨੀ ਅਵੇਲੇਬਲ ਨਹੀਂ ਹੈ, ਹਨਾ, ਜਿਹੜੇ ਵੱਡੇ ਸ਼ਹਿਰ ਆ ਉੱਥੇ ਤਾਂ ਉਹ ਇੰਨੀ ਲੈਂਡ ਹੁੰਦੀ ਨਹੀਂ, ਹਨਾ, ਮਤਲਬ ਹਰ ਜਗ੍ਹਾ ਤੇ ਕੀ ਹੈ ਘਰ ਹੀ ਹੁੰਦੇ ਆ, ਉੱਥੇ ਕੀ ਹੈ ਤੁਸੀਂ ਬਾਇਓਡੀਗ੍ਰੇਡੇਬਲ ਯਾਰਡ ਵੇਸਟ ਇਜ਼ ਅਲਾਊਡ ਟੂ ਡੀਗ੍ਰੇਡ, ਹਨਾ, ਹੁਣ ਤੁਸੀਂ ਮਤਲਬ ਏਦਾਂ ਦਾ ਕੋਈ ਸਿਸਟਮ ਯੂਜ਼ ਕਰ ਸਕਦੇ ਹੋ ਜਿਹਦੇ ਨਾਲ ਕਿ ਉਹ ਵੇਸਟ ਨੂੰ ਤੁਸੀਂ ਡੀਕੰਪੋਜ਼ ਕਰ ਸਕੋ, ਮਤਲਬ ਆਕਸੀਜਨ ਰਿਚ ਮੀਡੀਅਮ ਦੇ ਵਿੱਚ, ਇਹਦੇ ਵਿੱਚ ਤੁਸੀਂ ਕੀ ਹੈ O2 ਆਕਸੀਜਨ ਯੂਜ਼ ਕਰੋਗੇ, ਠੀਕ ਹੈ, ਤਾਂ ਇਹਦੇ ਨਾਲ ਕੀ ਹੋਏਗਾ, ਗੁੱਡ ਕੁਆਲਿਟੀ ਨਿਊਟ੍ਰੀਐਂਟ ਰਿਚ ਐਂਡ ਇਨਵਾਇਰਮੈਂਟਲ ਫਰੈਂਡਲੀ ਮੈਨਿਓਰ ਇਜ਼ ਫਾਰਮਡ, ਇਹਦੇ ਲਈ ਇੱਕ ਨਾ ਮੈਨਿਓਰ ਯੂਜ਼ ਕੀਤੀ ਜਾਂਦੀ ਹੈ ਜਿਹਦੇ ਨਾਲ ਕੀ ਹੈ ਸੋਇਲ ਦੀ ਫਰਟੀਲਿਟੀ ਇਨਕਰੀਜ਼ ਹੋ ਗਈ, ਮਤਲਬ ਉਹ ਸੋਇਲ ਲਈ ਵਧੀਆ ਹੁੰਦੀ ਹੈ, ਠੀਕ ਹੈ, ਉਸ ਨਾਲ ਤੁਸੀਂ ਕੀ ਹੈ ਇਹਨੂੰ ਡੀਕੰਪੋਜ਼ ਕਰ ਸਕਦੇ ਹੋ ਵੇਸਟ ਨੂੰ। ਹਾਂਜੀ, ਜਿਹੜਾ ਤੁਹਾਡਾ ਲਾਸਟ ਮੈਥਡ ਹੈ ਥਰਡ ਵਾਲਾ, ਇਨਸੀਨਰੇਸ਼ਨ, ਇਨਸੀਨਰੇਸ਼ਨ ਹੁੰਦੇ ਕੀ, ਇਨਸੀਨਰੇਟਰ ਕੀ ਹੁੰਦੇ, ਬਰਨਿੰਗ ਪਲਾਂਟਸ ਹੁੰਦੇ, ਕੈਪੇਬਲ ਆਫ ਬਰਨਿੰਗ, ਉਹਦੇ ਵਿੱਚ ਤੁਸੀਂ ਕਾਫੀ ਮਟੀਰੀਅਲ ਨੂੰ ਹਾਈ ਟੈਂਪਰੇਚਰ ਤੇ ਕੀ ਹੈ ਬਰਨ ਕਰ ਸਕਦੇ ਹੋ, ਠੀਕ ਹੈ, ਇਹਦੀ ਸਟਾਰਟਿੰਗ ਕੋਸਟ ਤਾਂ ਬਹੁਤ ਹਾਈ ਹੁੰਦੀ ਹੈ, ਠੀਕ ਹੈ, ਮਤਲਬ ਇਹਨੂੰ ਤੁਸੀਂ ਕੀ ਹੈ ਜਿਵੇਂ ਬਰਨ ਦਾ ਮਤਲਬ ਕੀ ਹੁੰਦਾ, ਬਰਨ ਕਰਨ ਦੇ ਲਈ ਉਸ ਚੀਜ਼ ਨੂੰ ਮਤਲਬ ਮੈਟੀਰੀਅਲ ਨੂੰ ਤੁਸੀਂ ਅੱਗ ਲਗਾ ਸਕਦੇ ਹੋ ਇਹਦੇ ਵਿੱਚ, ਠੀਕ ਹੈ, ਮਤਲਬ ਜਿਵੇਂ ਮੈਟੀਰੀਅਲ ਦੀ ਤੁਸੀਂ ਇਨਸੀਨਰੇਸ਼ਨ ਕਰਨੀ ਹੈ, ਮੀਨਸ ਬੈਟਰੀਜ਼ ਰਿਮੂਵ ਕਰਨੀ ਹੈ ਜਿਹਨਾਂ ਵਿੱਚ ਹੈਵੀ ਮੈਟਲਸ ਹੈ, ਪਲਾਸਟਿਕ ਕੰਟੇਨਿੰਗ ਜਿਹਨਾਂ ਵਿੱਚ ਕਲੋਰੀਨ ਹੈ, ਠੀਕ ਹੈ, ਉਹ ਚੀਜ਼ ਤੁਸੀਂ ਕੀ ਹੈ ਇਹਨਾਂ ਨੂੰ ਰਿਮੂਵ ਕਰ ਸਕਦੇ ਹੋ, ਠੀਕ ਹੈ, ਐਂਡ ਰਿਮੂਵਲ ਆਫ ਪਲਾਸਟਿਕ ਵਿਲ ਰਿਡਿਊਸ, ਉਹਦੇ ਨਾਲ ਫਿਰ ਕੀ ਹੈ ਡਾਈ ਆਕਸਿਨਸ ਵਗੈਰਾ ਜਾਂ PCB ਪੋਲੀਕਲੋਰੀਨੇਟਡ ਬਾਇਫਿਨਾਈਲ ਹੈ ਉਹ ਬਾਹਰ ਨਹੀਂ ਜਾਊਗੀ, ਹਨਾ, ਐਮਿਟ ਨਹੀਂ ਕਰੂਗੀ, ਤਾਂ ਉਹਨਾਂ ਚੀਜ਼ਾਂ ਨੂੰ ਤੁਸੀਂ ਇਹਦੇ ਵਿੱਚੋਂ ਕੀ ਹੈ ਰਿਮੂਵ ਕਰ ਦਿਓ। ਦੇਖੋ ਹੁਣ ਇਹਦੇ ਨਾਲ ਆਪਣਾ ਕੀ ਹੈ ਯੂਨਿਟ ਜਿਹੜਾ ਕੀ ਹੈ 5 ਕੀ ਹੈ ਤੁਹਾਡਾ ਕੰਪਲੀਟ ਹੋ ਗਿਆ। ਹੁਣ ਨੈਕਸਟ ਆਪਾਂ ਕੀ ਹੈ ਯੂਨਿਟ ਕਿਹੜਾ ਹੈਗਾ 6th ਸਟਾਰਟ ਕਰਾਂਗੇ। 6th ਹੈਗਾ ਤੁਹਾਡਾ ਐਨਵਾਇਰਮੈਂਟਲ ਪਾਲਿਸੀਜ਼, ਠੀਕ ਹੈ, ਐਨਵਾਇਰਮੈਂਟ ਦੀਆਂ ਕੀ ਹੈ ਪਾਲਿਸੀਜ਼ ਹੈਗੀਆਂ ਐਂਡ ਹੈਗੀਆਂ ਪ੍ਰੈਕਟਿਸਿਜ਼, ਠੀਕ ਹੈ, ਐਨਵਾਇਰਮੈਂਟ ਦੇ ਵਿੱਚ ਕਿਹੜੀ ਕਿਹੜੀ ਆਪਾਂ ਨੂੰ ਮੈਥਡ ਅਪਣਾਉਣੇ ਚਾਹੀਦੇ ਆ, ਕਿਹੜੀਆਂ ਕਿਹੜੀਆਂ ਪਾਲਿਸੀਜ਼ ਅਪਣਾਉਣੀਆਂ ਚਾਹੀਦੀਆਂ, ਠੀਕ ਹੈ, ਕੀ ਕੁਛ ਹੁੰਦਾ ਐਨਵਾਇਰਮੈਂਟ ਚੋਂ ਆਪਾਂ ਪੜ੍ਹਾਂਗੇ।